ਜੋ ਉਸ ਪੁਰਾਣੇ ਟਾਈਮ ਦੇ ਵਿੱਚ ਰਾਣਾ ਗੁਰਜੀਤ ਦੀ ਫੈਕਟਰੀ ਰਾਣਾ ਖੰਡ ਮਿਲ ਬੁੱਟਰ ਸਵੀਆ ਜੋ ਕਰ ਰਹੀ ਸੀ ਤੇ ਉੱਥੇ ਜਿਸ ਤਰੀਕੇ ਨਾਲ ਧੱਕਾ ਹੋ ਰਿਆ ਸੀ ਸਾਡੇ ਤੇ ਪਰਚੇ ਹੋ ਰਿਆ ਸੀ ਸਾਨੂੰ ਜੇਲਾ ਚ ਸੁਟਿਆ ਜਾ ਰਿਹਾ ਸੀ ਸਾਡੇ ਤੇ ਧੱਕੇ ਕੀਤੇ ਜਾ ਰਹੇ ਸੀ ਸੇਮ ਇੱਥੇ ਅੱਜ ਵੀ ਹੋਣ ਗਿਆ ਇਹਨਾਂ ਦੇ ਰਾਜ ਹੀ ਹੋਣਗੇ ਪਰਚੇ ਕਰਕੇ ਉਸ ਤੋਂ ਬਾਅਦਾਂ ਸਾਨੂੰ ਕੁੱਟ ਕੇ ਕੁੱਟਣ ਦੀ ਕੋਸ਼ਿਸ਼ ਕੀਤੀ ਵੀ ਕੁੱਟ ਕੇ ਇਹਨਾਂ ਨੂੰ ਡਰਾ ਲਈਏ ਰਾਣਾ ਗੁਰਜੀਤ ਦੇ ਗੁੰਡਿਆਂ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ ਦੋ ਤਿੰਨ ਵਾਰੀ ਸਾਡੇ ਤੇ ਹਮਲਾ ਆਇਆ ਇਹ ਸਾਹਮਣੇ ਫੈਕਟਰੀ ਦਾ ਮਾਲਕ ਆ ਨਾ ਦੀਪ ਮਲਹੋਤਰਾ ਇਹ ਜੁੰਡੀ ਦਾ ਯਾਰ ਬਣਿਆ ਐ ਇਸ ਵੇਲੇ ਕੇਜਰੀਵਾਲ ਦਾ ਸਰਕਾਰ ਬਦਲੀ ਆ ਹਾਲਾਤ ਵਹੀ ਨੇ ਹਾਲਾਤ ਨਹੀਂ ਬਦਲੇ ਇੱਥੇ ਕੇਜਰੀਵਾਲ ਦਾ ਜੁੰਡੀ ਦਾ ਯਾਰ ਜਿਹੜਾ ਇੱਥੇ ਗੰਦ ਪਾਉਣ ਦੇ ਹੱਥ ਜੋੜਨਦੀਆਂ 70 ਸਾਲ ਦੀਆਂ ਬੀਬੀਆਂ ਬਜ਼ੁਰਗਾਂ ਹੱਥ ਜੋੜਨਦੀਆਂ ਵੀ ਸੀਐਮ ਸਾਹਿਬ ਸਾਡੇ ਹਾਲਾਤ ਵੇਖੋ ਇੱਥੇ ਆ ਕੇ ਰੋਣਾ ਆਉਂਦਾ ਬੀਬੀਆਂ ਦੀ ਉਹ ਗੱਲ ਸੁਣ ਕੇ ਜੇ ਉਹਨਾਂ ਦੀ ਆਵਾਜ਼ ਦੇ ਵਿੱਚ ਦਰਦ ਸੁਣ ਕੇ ਕੀ ਗੱਲ ਐ ਐਡੇ ਪੱਥਰਦਿਲ ਹੋ ਗਿਆ ਸੀਐਮ ਸਾਹਿਬ ਓਏ ਇਹੋ ਉਹ ਲੋਕ ਆ ਜਿਹੜੇ ਲੋਕਾਂ ਦੇ ਕਹਿੰਦੇ ਓ ਨਹੀਂ ਇਹਨਾਂ ਨੂੰ ਛੱਡ ਦਿਓ ਯਾਰ ਕਾ ਬਦਲਾ ਲੈ ਕੇ ਆਉਣਾ ਇਹ ਤਾਂ ਉਹ ਉਹ ਸੀਐਮ ਸੀ ਜਿਹੜੇ ਕਹਿੰਦੇ ਸੀ ਮੈਂ ਧਰਨੇ ਨਹੀਂ ਲੱਗਣ ਦੇਣੇ ਤੇ ਇੱਥੇ ਅੱਜ ਧਰਨੇ ਚੁੱਕਣ ਲਈ ਫੋਰਸਾਂ ਲਾਈਆਂ ਜਾ ਰਹੀਆਂ ਨੇ ਤੇ ਇਹ ਵੀ ਕਹਿ ਰਿਹਾ ਕਿਹਾ ਜਾ ਰਿਹਾ ਵੀ ਜੇਕਰ ਪੁਲਿਸ ਕੋ ਗੱਲ ਨਹੀਂ ਬਣੀ ਤੇ ਅਸੀਂ ਆਰਮੀ ਲਾ ਦਾਂਗੇ ਇਹ ਨਾ ਤਾਂ ਤੁਹਾਡੇ ਕੋਲੇ ਕੋਈ ਮੁਫਤ ਬੱਤੀ ਮੰਗਣ ਦਿਆ ਨਾ ਤਾਂ ਆਪਣੀਆਂ ਬੁੜੀਆਂ ਦਾ ਕਿਰਾਇਆ ਮਾਫ਼ ਕੋਈ ਮੰਗਣ ਦਿਆ ਲੋਕ ਤਾਂ ਮੰਗਣ ਦੇ ਸਾਫਾ ਵਸਾਫ ਪਾਣੀ ਉਹ ਦੋ ਇਹਨਾਂ ਨੂੰ ਕੰਮ ਨਿਬੜੋ ਇਹਨੂੰ ਫੈਕਟਰੀ ਨੂੰ ਚੁੱਕੋ ਇਹਨੂੰ ਕਹੋ ਵੀ ਚੱਲ ਭਾਈ ਕੁਰਸੀ ਤੇ ਬੈਣ ਦਾ ਤੱਕ ਦਾ ਰੌਲਾ ਵੀ ਕੁਰਸੀ ਤੇ ਬਹਿ ਜੀਏ ਕਿਸੇ ਤਰੀਕੇ ਦੇ ਨਾਲ ਜੋ ਮਰਜੀ ਕਮਿਟਮੈਂਟ ਕਰ ਲੋ ਝੂਠੀਆਂ ਕਰੋ ਭਾਵੇਂ ਇਹ ਕਹੋ ਵੀ ਅਸੀਂ ਤੁਹਾਨੂੰ ਲੋਕਾਂ ਨੂੰ ਅੰਮ੍ਰਾ ਤੋਂ ਤਾਰੇ ਤੋੜ ਕੇ ਲਿਆ ਕੇ ਦਿਆ ਕਰਨੇ ਰੱਜ ਕੇ ਚੱਜ ਨਾਲ ਸੇਵਾ ਕਰਦੋ ਨਾ ਦੁਬਾਰਾ ਜਾ ਕੇ ਲੋਕਾਂ 'ਚ ਹੱਥ ਜੋੜਨ ਦੀ ਲੋੜ ਨਹੀਂ ਕਿਸੇ ਨੂੰ ਲੋਕ ਘਰੇ ਬਾਹਰ ਲੈਣੇ ਨੇ ਆਖਣਗੇ ਪਾਉ ਤੂੰ ਘਰੇ ਬਹਿ ਜਾ ਵੋਟਾਂ ਤੈਨੂੰ ਪੈ ਜਾਣਗੀਆਂ ਸਿਰਫ ਚਿਹਰੇ ਬਦਲ ਜਾਂਦੇ ਨੇ ਮਗਰਲੇ ਬੰਨੇ ਅੱਜ ਦੀ ਰੇਡ ਦੇ ਵਿੱਚ ਕੀ ਆ ਪ੍ਰਿੰਸੀਪਲ ਸੈਕਟਰੀ ਕੌਣ ਆ ਸੈਕਟਰੀ ਕੌਣ ਆ ਇਹਨਾਂ ਦੇ ਇਹਨਾਂ ਦੇ ਪੀਏ ਕੌਣ ਆ ਜਿਨ੍ਹਾਂ ਨੇ ਸਾਰਾ ਕੁਝ ਦੱਸਣਾ ਹੁੰਦਾ ਉਹ ਯਾਰ ਉਹ ਤਾਂ ਉਹੀ ਆ ਪਹਿਲਾਂ ਵਾਲੇ ਹੀ ਆ ਉਹ ਮੇਨ ਇਹਨਾਂ ਦੇ ਚਿਹਰੇ ਹੀ ਬਦਲੇ ਆ ਮਗਰਲੇ ਬੰਨੇ ਐਡਮਿਨਿਸਟ੍ਰੇਸ਼ਨ ਤਾਂ ਉਹੀ ਆ ਆਓ ਜੀ ਆਹ ਏੜੀ-ਗੇੜੀਆਂ ਤਕੜੀਆਂ ਫੋਰਸਾਂ ਲਾ ਦੇਣ ਵਾਲੇ ਜਿਹੜੇ ਆਰਡਰ ਆ ਤੁਹਾਡੇ ਕੀ ਖਿਆਲ ਦੇ ਵਿੱਚ ਆ ਵੀ ਇਹ ਜਿਹੜੀ ਆ ਪੋਲੀਟੀਕਲ ਲੋਕ ਲੈ ਲੈਂਦੇ ਆ ਇਹ ਐਡਮਿਨਿਸਟ੍ਰੇਸ਼ਨ ਹੀ ਦੱਸਦੀ ਹੈ ਇਹਨਾਂ ਨੂੰ ਆਹ ਜਿਹੜੇ ਕੁਰਸੀਆਂ ਦੇ ਅੰਦਰ ਜਿਹੜੇ ਬਿਊਰੋਕ੍ਰੇਟਸ ਬੈਠੇ ਉਹ ਸਾਰਾ ਕੁਝ ਦੱਸਦੇ ਆ ਜੀ ਹੁਣ ਇਹਨੂੰ ਏਦਾਂ ਕਰ ਦਿਓ ਇਹਨੂੰ ਏਦਾਂ ਕਰ ਦਿਓ ਲੋਕ ਜਦੋਂ ਜਿਹੜੇ ਕੰਮ ਤੇ ਸਿੱਧੇ ਹੋ ਜਾਣ ਨਾ ਤੇ ਫੇ ਬਾਹਮ ਰੋੜ ਕੇ ਸਰਕਾਰ ਦੀ ਤੇ ਫੇ ਆਪਣਾ ਮਨਾ ਹੀ ਲੈਂਦੇ ਆ ਆਪਣੀਆਂ ਗੱਲਾਂ ਸਸੀ ਕਾਲ ਜੀ ਤੁਸੀਂ ਜੁੜਿਆ ਲੋਕਵਾਜ ਟੀਵੀ ਦੇ ਨਾਲ ਮੈਂ ਪਰਮਜੀਤ ਸਿੰਘ ਦੋਸਤੋ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਵੀ ਜ਼ੁਲਮ ਜ਼ਾਬਰ ਵਾਧਾ ਹੈ ਤਾਂ ਉਦੋਂ ਕੁਝ ਕੁ ਲੋਕ ਅਜਿਹੇ ਵੀ ਹੁੰਦੇ ਨੇ ਜਿਹੜੇ ਇਸ ਜ਼ੁਲਮ ਦੇ ਖਿਲਾਫ ਖੜੇ ਹੋ ਜਾਂਦੇ ਨੇ ਜਿਹੜੇ ਡਰਦੇ ਨਹੀਂ ਪਰਚਿਆਂ ਤੋਂ ਜਿਹੜੇ ਡਰਦੇ ਨਹੀਂ ਮੌਤ ਤੋਂ ਜਿਹੜੇ ਕਹਿ ਦਿੰਦੇ ਨੇ ਕਿ ਅਸੀਂ ਤਾਂ ਵੀਰੇ ਚੱਲ ਪੇਤਾ ਬਸ ਚੱਲ ਪਏ ਇੰਨਾ ਹੀ ਲੋਕਾਂ ਚੋਂ ਸਾਡੇ ਨਾਲ ਇੱਕ ਸ਼ਖਸ ਮੌਜੂਦ ਹੈ ਜਿਨੇ ਕਾਫੀ ਘੋਲ ਲੜੇ ਨੇ ਪੌਣ ਪਾਣੀ ਨੂੰ ਲੈ ਕੇ ਇਸ ਧਰਤੀ ਦੇ ਸਾਫ ਸੁਥਰੇ ਵਾਤਾਵਰਨ ਨੂੰ ਬਚਾਉਣ ਦੇ ਲਈ ਸਾਡੇ ਨਾਲ ਮੌਜੂਦ ਹੈ ਭਾਈ ਮਨਦੀਪ ਧਰਦੇਉ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਭਾਈ ਜੀ ਸਭ ਤੋਂ ਪਹਿਲਾਂ ਤੁਹਾਡਾ ਸਾਡੇ ਚੈਨਲ ਤੇ ਥੈਂਕ ਯੂ ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਸ਼ਬਦਾਂ ਵਿੱਚ ਤੇ ਧੰਵਾਦ ਹੀ ਨਹੀਂ ਹੋ ਸਕਦਾ ਕਿਉਂਕਿ ਲੋਕ ਆਵਾਜ਼ ਟੀਵੀ ਸਾਡਾ ਜਿਹੜਾ ਨਾ ਉਦੋਂ ਸਾਡੀ ਆਵਾਜ਼ ਬਣਿਆ ਸੀ ਜਦੋਂ ਮੀਡੀਆ ਬਾਕੀ ਸਾਰਾ ਸੁੱਤਾ ਸੀ ਥੈਂਕ ਯੂ ਭਾਈ ਗੱਲ ਕਰਾਂ ਮੈਂ ਉਹ ਥੋੜੇ ਜੇ ਪਿਛਲੇ ਸਫ਼ਰ ਦੀ ਤੁਹਾਡੇ ਤੁਸੀਂ ਕਹਿੰਦੇ ਆ ਜਿੰਨਾ ਤੋਂ ਲੋਕ ਡਰਦੇ ਸੀ ਤੁਸੀਂ ਉਹਨਾਂ ਦੇ ਨਾਲ ਮੱਥਾ ਲਾ ਲਿਆ ਤੇ ਜਦੋਂ ਵੀ ਜ਼ੁਲਮ ਵਾਧਦਾ ਤਾਂ ਉਹਦੇ ਕੁਝ ਕੁ ਲੋਕ ਤੁਹਾਡੇ ਵਰਗੇ ਜ਼ੁਲਮ ਦੇ ਖਿਲਾਫ ਆਵਾਜ਼ ਟੁੱਕਣ ਦੇ ਲਈ ਅੱਗੇ ਆ ਜਾਂਦੇ ਨੇ ਤੇ ਬਾਈ ਸਮੱਸਿਆਵਾਂ ਕਿੰਨੀਆਂ ਕ ਆਉਂਦੀਆਂ ਨੇ ਦੇਖੋ ਜੀ ਸਮੱਸਿਆਵਾਂ ਬ੍ਰਦਰ ਮੈਨੇ ਨਹੀਂ ਰੱਖਦੀਆਂ ਜਦੋਂ ਤੁਹਾਡੀ ਪਾਣੀ ਚ ਜ਼ਹਿਰ ਘੁੱਲ ਰਿਹਾ ਹੋਵੇ ਜਦੋਂ ਤੁਹਾਡੀ ਹਵਾ ਚ ਜ਼ਹਿਰ ਜ਼ਹਿਰ ਘੁੱਲ ਰਿਹਾ ਹੋਵੇ ਉਦੋਂ ਛੋਟੀਆਂ ਮੋਟੀਆਂ ਸਮੱਸਿਆਵਾਂ ਜਿਵੇਂ ਜੇਲ ਜਾਣਾ ਕੁੱਟ ਖਾਣੀ ਪਰਚੇ ਕਰਾਉਣੇ ਅ ਮਤਲਬ ਜਾਨ ਤੋਂ ਹੱਥ ਟਵਾਉਣਾ ਇਹ ਜਿਹੜੀਆਂ ਸਾਰੀਆਂ ਛੋਟੀਆਂ ਗੱਲਾਂ ਲੱਗਦੀਆਂ ਕਿਉਂਕਿ ਜਿਹੜੀ ਜਦੋਂ ਤੁਹਾਡੇ ਕੋਲੇ ਸਾਫ਼ ਹਵਾ ਸਾਫ਼ ਪਾਣੀ ਦੀ ਲੁੱਟਖੋ ਹੋ ਰਹੀ ਹੋਵੇ ਤਾਂ ਉਦੋਂ ਦੁਸ਼ਵਾਰੀਆਂ ਜਿਹੜੀਆਂ ਉਹ ਨਹੀਂ ਵੇਖਿਆ ਜਾਂਦੀਆਂ ਕਿਤਨਾ ਕਹਤੇ ਜੀ ਕਹਿਰ ਸਲਾਮ ਕਰਦੇ ਆ ਉਹਨਾਂ ਲੋਕਾਂ ਨੂੰ ਜਿਹੜੇ ਆਪਣੇ ਇਹਨਾਂ ਬੇਸਿਕ ਰਾਈਟਸ ਲਈ ਲੜ ਰਹੇ ਆ ਭਾਵੇਂ ਉਹ ਸਾਡੇ ਉਥੇ ਬੁੱਟਰ ਸਵੀਆ ਚ ਬੈਠੇ ਹੋਣ ਲੋਕ ਭਾਵੇਂ ਇੱਥੇ ਜੀਰੇ ਚ ਜਿੱਥੇ ਅੱਜ ਆਪਾਂ ਗੱਲਬਾਤ ਕਰ ਰਹੇ ਆ ਇੱਥੇ ਹੋਣ ਚਾਹੇ ਉਹ ਮਹਿਦਵਾਨੀ ਵਾਲੇ ਹੋਣ ਚਾਹੇ ਪੰਜਾਬ ਜਾਂ ਹਿੰਦੁਸਤਾਨ ਦੇ ਵਿੱਚ ਜਿੱਥੇ ਵੀ এনवायरमेंट ਪਲੂਟ ਹੁੰਦਾ ਉਥੇ ਆਵਾਜ਼ ਜਿਹੜੇ ਬਣਦੇ ਨੇ ਜਿਹੜੇ ਪਵਨ ਗੁਰੂ ਪਾਣੀ ਪਿਤਾ ਦੇ ਜਿਹੜੇ ਵਾਕ ਦੇ ਉੱਤੇ ਜਿਹੜੇ ਪਹਿਰਾ ਦਿੰਦੇ ਨੇ ਉਹਨਾਂ ਲੋਕਾਂ ਲਈ ਸਿਰ ਝੁਕਦਾ ਹਮੇਸ਼ਾ ਝੁਕਦਾ ਰਹੇਗਾ। ਭਾਈ ਤੁਸੀਂ ਰਾਣਾ ਦੀ ਫੈਕਟਰੀ ਦੇ ਲਈ ਜੰਗ ਲੜੀ। ਉਹ ਕਿੱਥੇ ਜੇ ਆ ਉਹ ਫੈਕਟਰੀ ਦਾ ਹੁਣ ਕੀ ਚੱਲ ਰਿਹਾ ਹੈਗਾ। ਦੇਖੋ ਜੀ ਰਾਣਾ ਗੁਰਜੀਤ ਜੋ ਕਿ ਕੈਬਨਟ ਮੰਤਰੀ ਸੀ। ਤੇ ਜਦੋਂ ਅਸੀਂ ਉਹਦੇ ਨਾਲ ਪੰਗਾ ਲਿਆ ਉਦੋਂ ਤਾਂ ਮੇਰੇ ਖਿਆਲ ਨਾਲ ਜਿੰਨੀ ਓਪੀਕ ਪਾਵਰ ਦੇ ਹੀ ਉਸ ਤੋਂ ਵੱਧ ਤੇ ਮੇਰੇ ਖਿਆਲ ਨਾਲ ਸ਼ਾਇਦ ਪ੍ਰਮਾਤਮਾ ਆ ਕਰੇ ਵੀ ਉਹ ਆਵੇ ਕਿਉਂਕਿ ਉਹਦੇ ਸਿਆਸੀ ਪਿਵệਖ ਜਾਂ ਉਹਦੇ ਨਿੱਜੀ ਦੇ ਤੌਰ ਤੇ ਨਹੀਂ ਅਸੀਂ ਗੱਲ ਕਰਦੇ ਖੈਰ ਉਹਨਾਂ ਦਿਨਾਂ ਦੇ ਵਿੱਚ ਇਹ ਪੰਗਾ ਲਿਆ ਉਹਦੇ ਨਾਲ ਕਿ ਸਾਡੀ ਹਵਾ ਸਾਫ਼ ਚਾਹੀਦੀ ਆ ਸਾਨੂੰ ਸਾਡਾ এনवायरमेंट ਸਾਫ਼ ਚਾਹੀਦਾ ਸਾਡਾ ਪਾਣੀ ਸਾਫ਼ ਚਾਹੀਦਾ ਸਾਡਾ ਰਾਹ ਸਾਫ਼ ਚਾਹੀਦਾ ਉਸ ਮੂਵਮੈਂਟ ਦੇ ਦੌਰਾਨ ਅਸੀਂ ਆਪਣੀਆਂ ਸੱਤ ਜਿੱਤਾਂ ਜਿੱਤ ਚੁੱਕੇ ਆ ਤੇ ਤਿੰਨ ਹੱਲੇ ਬ੍ਰਦਰ ਸਟੈਂਡਿੰਗ ਨੇ ਤਿੰਨ ਬਕਾਇਆ ਨੇ ਤੇ ਉਹਨਾਂ ਤੇ ਵੀ ਸੰਘਰਸ਼ ਜਿਹੜਾ ਇਸ ਵੇਲੇ ਚੱਲ ਰਿਹਾ ਲਗਾਤਾਰ ਭਾਈ ਉਦੋਂ ਆਪੋਜੀਟ ਪਾਰਟੀ ਦੀ ਗੱਲ ਕਰ ਲਈ ਤੁਸੀਂ ਇਸ ਵਾਰ ਕਿਵੇਂ ਦੇਖਦੇ ਹੋ ਤੁਸੀਂ ਭਗਵਾਨ ਸਿੰਘ ਸ਼ਾਇਦ ਮੈਂ ਹਮਾਤਾ ਤੁਸੀਂ ਮਦਦ ਕੀਤੀ ਪੂਰੀ ਹੈ ਨਾ ਤੇ ਅੱਜ ਫਿਰ ਇਹ ਸਰਕਾਰ ਦਾ ਵੀ ਉਹੀ ਹਾਲ ਹੈ ਕਿ ਚਾਹੁੰਦੀ ਨਹੀਂ ਸਰਕਾਰ ਕੇ ਸਾਫ਼ ਸੁਥਰਾ ਪਾਣੀ ਮਾਹੌਲ ਜਿਹੜਾ ਲੋਕਾਂ ਨੂੰ ਮਿਲੇ ਆਪਾਂ ਅੱਜ ਇੱਥੇ ਖੜੇ ਆਂ ਕਾਹਦਾ ਕਰਕੇ ਖੜੇ ਆਂ ਆਪਾਂ ਇਸ ਕਰਕੇ ਖੜੇ ਆਂ ਕਿ ਜਿਹੜਾ ਇਹ ਸਾਹਮਣੇ ਫੈਕਟਰੀ ਦਾ ਮਾਲਕ ਆ ਨਾ ਦੀਪ ਮਲਹੋਤਰਾ ਇਹ ਜੁੰਡੀ ਦਾ ਯਾਰ ਬਣਿਆ ਐ ਇਸ ਵੇਲੇ ਕੇਜਰੀਵਾਲ ਦਾ ਜਿਹੜਾ ਰਾਣਾ ਗੁਰਜੀਤ ਸੀ ਉਹ ਆਪਣੇ ਰਾਜ ਦੇ ਵਿੱਚ ਆਪਣੀ ਟਰਮ ਦੇ ਵਿੱਚ ਰੱਜ ਕੇ ਸਾਡੇ ਏਰੀਆ 'ਚ ਗੰਦ ਪਾ ਰਿਆ ਸੀ ਸਾਡਾ ਹਵਾ ਖਰਾਬ ਕਰ ਰਿਹਾ ਸਾਡਾ ਪਾਣੀ ਖਰਾਬ ਕਰ ਰਿਹਾ ਸਾਡੇ ਰਸਤੇ ਖਰਾਬ ਕਰ ਰਿਹਾ ਸੀ ਉਦੋਂ ਉਹਦੀ ਸਰਕਾਰ ਉਹਦੀ ਸਪੋਰਟ ਕਰਦੀ ਸੀ ਸਾਡੇ ਤੇ ਪਰਚੇ ਹੁੰਦੇ ਸੀ ਸਾਨੂੰ ਮਾਰਿਆ ਕੁੱਟਿਆ ਜਾਂਦਾ ਸੀ ਸਾਨੂੰ ਜੇਲ੍ਹਾਂ 'ਚ ਧੱਕਿਆ ਜਾਂਦਾ ਸੀ ਉਦੋਂ ਉਹ ਜ਼ੁਲਮ ਕਰ ਰਿਹਾ ਸੀ ਤੇ ਸਿਰਫ ਸਰਕਾਰ ਬਦਲੀ ਆ ਹਾਲਾਤ ਉਹੀ ਨੇ ਹਾਲਾਤ ਨਹੀਂ ਬਦਲੇ ਇੱਥੇ ਕੇਜਰੀਵਾਲ ਦਾ ਜੁੰਡੀ ਦਾ ਯਾਰ ਜਿਹੜਾ ਇੱਥੇ ਗੰਦ ਪਾਉਣ ਦਿਆ ਆ ਸਾਹਮਣੇ ਆ ਲੋਕ ਕਾਹਦਾ ਕਰਕੇ ਖੜੇ ਆ ਕੀ ਇੱਥੇ ਪਰਚੇ ਨਹੀਂ ਹੋਏ ਇੱਥੇ ਧੱਕਾ ਨਹੀਂ ਕੀਤਾ ਜਾ ਰਿਹਾ ਇੱਥੇ ਜੇਲ੍ਹਾਂ ਚ ਨਹੀਂ ਸੁਟਿਆ ਜਾ ਰਿਹਾ ਸਾਰਾ ਕੁਝ ਇੱਥੇ ਵੀ ਹੋ ਰਿਹਾ ਸਰਕਾਰ ਬਦਲੀ ਆ ਹਾਲਾਤ ਨਹੀਂ ਬਦਲੇ ਉਹ ਉਹੀ ਸਵਾਲ ਫੇਰ ਕਿ ਸਰਕਾਰ ਬਦਲੀ ਬਦਲੀ ਕਾਦੇ ਹਾਸਤੇ ਅਸੀਂ ਬਦਲਾ ਹਾਸਤੇ ਪਰ ਜੇ ਬਦਲਾ ਹੀ ਨਹੀਂ ਹੋਇਆ ਤੇ ਫਿਰ ਲੋਕ ਤਾਂ ਬਦਲਾ ਚਾਹੁੰਦੇ ਸੀ ਨਾ ਉਹ ਕਿਉਂ ਨਹੀਂ ਹੋ ਰਿਹਾ ਦੇਖੋ ਜੀ ਬਦਲਾਅ ਦੀ ਆਸ ਦੇ ਨਾਲ ਹੀ ਅਸੀਂ ਲੋਕਾਂ ਨੇ ਇਨਾ ਜੋਰ ਲਾਇਆ ਅਸੀਂ ਸੋਚਿਆ ਵੀ ਸ਼ਾਇਦ ਸਾਡੇ ਹਵਾ ਤੇ ਪਾਣੀ ਦੀ ਗੱਲ ਕਰਨੇ ਲੋਕ ਸਾਡੇ এনवायरमेंट ਦੀ ਗੱਲ ਕਰਨ ਸਾਡੇ ਬੇਸਿਕ ਰਾਈਟ ਜਿਹੜੇ ਨੇ ਸਾਡੇ ਅਧਿਕਾਰ ਨੇ ਸਾਡੀਆਂ ਜੋਬਸ ਨੇ ਸਾਡਾ ਸਾਨੂੰ ਸਿਹਤ ਪ੍ਰਤੀ ਜਿਹੜਾ ਵਾ ਸਹੂਲਤਾਂ ਦੇ ਉੱਤੇ ਇਹ ਕੰਮ ਕਰਨਗੇ ਪ੍ਰਚਾਰਕ ਦਿਨ ਰੌਲਾ ਪਿਆ ਕਹਿੰਦੇ ਵੀ ਮਸ਼ੀਨਾਂ ਤੋਂ ਸ਼ੁਰੂ ਸ਼ੁਰੂ ਚ ਕਹਿੰਦੇ ਨੇ ਮਸ਼ੀਨਾਂ ਤੋਂ ਘੱਟਾ-ਕੁੱਟਾ ਪੂੰਝ ਲੋ ਦੂਸਰੇ ਸੀਐਮ ਸਾਹਿਬ ਨੇ ਇੱਕ ਸਟੇਟਮੈਂਟ ਦਿੱਤੀ ਸੀ ਤੇ ਐਂ ਲੱਗਦਾ ਸੀ ਵੀ ਜਿੱਦਾਂ ਸਾਡੀਆਂ ਵੋਟਾਂ ਪਾਈਆਂ ਦਾ ਬੜਾ ਜਿਹੜਾ ਵਾ ਹੁਣ ਯਾਰ ਜੂਨ ਦਾ ਮਜ਼ਾ ਹੀ ਪੰਜਾਬ 'ਚ ਹੋਣਾ ਹੋਣਾ ਉਹਨਾਂ ਨੇ ਤਾਂ ਇਹ ਵੀ ਸਟੇਟਮੈਂਟ ਦਿੱਤੀ ਸੀ ਸਾਡੇ ਸੀਐਮ ਸਾਹਿਬ ਬਣਾ ਨੇ ਕਿ ਬਾਹਰ ਵਾਲੇ ਵਾਪਸੀ ਆਉਣਗੇ ਤੇ ਮੇਰੇ ਖਿਆਲ ਨਾਲ ਹੁਣ ਕੁਝ ਸਮੇਂ ਦੇ ਵਿੱਚ ਲੋਕ ਨੱਠੂ ਹੋ ਗਏ ਇਥੋਂ ਹੁਣ ਅਠਣ ਨੂੰ ਤਿਆਰ ਆ ਜੇ ਜੋ ਉਸ ਪੁਰਾਣੇ ਟਾਈਮ ਦੇ ਵਿੱਚ ਰਾਣਾ ਗੁਰਜੀਤ ਦੀ ਫੈਕਟਰੀ ਰਾਣਾ ਖੰਡ ਮਿਲ ਬਟਰ ਸਵੀਆ ਜੋ ਕਰ ਰਹੀ ਸੀ ਤੇ ਉੱਥੇ ਜਿਸ ਤਰੀਕੇ ਨਾਲ ਧੱਕਾ ਹੋ ਰਿਆ ਸੀ ਸਾਡੇ ਤੇ ਪਰਚੇ ਹੋ ਰਿਆ ਸੀ ਸਾਨੂੰ ਜੇਲ੍ਹਾਂ ਚ ਸੁਟਿਆ ਜਾ ਰਿਹਾ ਸੀ ਸਾਡੇ ਤੇ ਧੱਕੇ ਕੀਤੇ ਜਾ ਰਹੇ ਸੀ ਸੇਮ ਇੱਥੇ ਅੱਜ ਵੀ ਹੋਣ ਦਿਆ ਇਹਨਾਂ ਦੇ ਰਾਜ ਹੀ ਹੋਣ ਦਿਆ ਸੀਐਮ ਸਾਹਿਬ ਦੇ ਰਾਜ ਹੀ ਹੋ ਰਿਹਾ ਵਾ ਭਗਵੰਤ ਸਾਨ ਦੇ ਰਾਜ ਦੇ ਵਿੱਚ ਹੋ ਰਿਹਾ ਇਹ ਤਾਂ ਉਹ ਉਹ ਸੀਐਮ ਸੀ ਜਿਹੜੇ ਕਹਿੰਦੇ ਸੀ ਮੈਂ ਧਰਨੇ ਲੱਗਣ ਦੇਣੇ ਤੇ ਅੱਜ ਧਰਨੇ ਚੁੱਕਣ ਲਈ ਫੋਰਸਾਂ ਲਾਈਆਂ ਜਾ ਰਹੀਆਂ ਨੇ ਤੇ ਇਹ ਵੀ ਕਹਿ ਰਿਹਾ ਕਿਹਾ ਜਾ ਰਿਹਾ ਵੀ ਜੇਕਰ ਪੁਲਿਸ ਕੋ ਗੱਲ ਨਹੀਂ ਬਣੀ ਤੇ ਅਸੀਂ ਆਰਮੀ ਲਾ ਦਾਂਗੇ ਇੱਥੇ ਪਰ ਸੱਚ ਇਹ ਆ ਵੀ ਮਾਨ ਸਾਹਿਬ ਨੂੰ ਇਸ ਚੀਜ਼ ਦੇ ਉੱਤੇ ਸੰਜੀਦਾ ਹੋਣਾ ਚਾਹੀਦਾ ਵੀ ਇਹ ਮੰਗਣ ਕੀ ਦੇ ਆ ਇਹ ਨਾ ਤਾਂ ਤੁਹਾਡੇ ਕੋਲੇ ਕੋਈ ਮੁਫਤ ਬੱਤੀ ਮੰਗਣ ਦੇ ਆ ਨਾ ਤੁਹਾ ਆਪਣੀਆਂ ਬੁੜੀਆਂ ਦਾ ਕਿਰਾਇਆ ਮਾਫ ਕੋ ਮੰਗਣ ਦੇ ਆ ਲੋਕ ਤਾਂ ਮੰਗਣ ਦੇ ਸਾਫ਼ ਵਾ ਵਾ ਸਾਫ਼ ਪਾਣੀ ਉਹ ਦੋ ਇਹਨਾਂ ਨੂੰ ਕੰਮ ਨਿਬੜੋ ਇਹਨੂੰ ਫੈਕਟਰੀ ਨੂੰ ਚੁੱਕੋ ਇਹਨੂੰ ਕਹੋ ਵੀ ਚੱਲ ਭਾਈ ਜਦੋਂ ਜਿਹੜਾ ਬੰਦਾ ਸਾਡੇ ਹਵਾ ਨਾ ਖੇਡਦਾ ਪਿਆ ਸਾਡੇ ਪਾਣੀ ਨਾ ਖੇਡਦਾ ਪਿਆ ਉਸ ਨਾ ਤਾਂ ਕੁਝ ਸਰਕਾਰਾਂ ਦਾ ਲੱਗਦਾ ਨਾ ਲੋਕਾਂ ਦਾ ਕੁਝ ਲੱਗਦਾ ਤੇ ਸਰਕਾਰਾਂ ਨੂੰ ਇਹ ਤੇ ਆਪਣੀ ਸੰਜੀਦਗੀ ਜਿਹੜੀ ਆ ਬ੍ਰਦਰ ਉਹ ਵਿਖਾਉਣੀ ਚਾਹੀਦੀ ਆ ਉਹ ਨਹੀਂ ਵਿਖਾ ਰਹੀਆਂ ਸਰਕਾਰਾਂ ਭਾਈ ਤੁਸੀਂ ਆਪਣੇ ਘੋਲ ਦੀ ਗੱਲ ਕੀਤੀ ਸੱਤ ਜਿੱਤਾਂ ਤੁਸੀਂ ਪ੍ਰਾਪਤ ਕਰ ਲਿਆ ਨੇ ਤਿੰਨ ਬਾਕੀ ਨੇ ਤੁਸੀਂ ਕਿਹਾ ਉਹ ਤਿੰਨ ਬਾਕੀ ਕਿਹੜੀਆਂ ਰਹਿ ਗਈਆਂ ਤਿੰਨ ਬਾਕੀ ਸਾਡੇ ਰਸਤੇ ਨੂੰ ਲੈ ਕੇ ਆ ਉਥੇ ਵੀ ਜਿਹੜਾ ਰਸਤਾ ਵਾ ਉਸ ਫੈਕਟਰੀ ਦੀ ਤਕਰੀਬਨ ਪੌਣਾ ਕਿਲੋਮੀਟਰ ਪ੍ਰਾਪਰਟੀ ਜਿਹੜੀ ਆ ਬਟਾਲਾ ਬਿਆਸ ਮੁੱਖ ਮਾਰਗ ਦੇ ਨਾਲ ਲੱਗਦੀ ਆ ਪੌਣੇ ਕਿਲੋਮੀਟਰ ਦਾ ਜਿਹੜਾ ਡਿਸਟੈਂਸ ਹੈ 1 ਕਿਲੋਮੀਟਰ ਹੋਏਗਾ ਹੁਣ ਰੀਸੈਂਟਲੀ ਉਹਨਾਂ ਦੇ ਵੱਲੋਂ ਪਰਚੇਜ਼ ਕੀਤੀ ਗਈ ਆ ਕੁਝ ਲੈਂਡ ਤਾਂ ਕਰਕੇ 1 ਕਿਲੋਮੀਟਰ ਆ ਹੁਣ ਉਹ ਆਪਣੀ ਪ੍ਰਾਪਰਟੀ ਛੜਕ ਦੇ ਨਾਲ ਹੋਣ ਦੀ ਬਾਵਜੂਦੇ ਹੋਣ ਦੇ ਬਾਵਜੂਦ ਵੀ ਉਹ ਫੈਕਟਰੀ ਦੇ ਵੱਲੋਂ ਜਿਹੜੇ ਆਪਣੇ ਫੈਕਟਰੀ ਨੂੰ ਜਾਣ ਵਾਲੇ ਸਾਧਨ ਆ ਉਹ ਪਿੰਡ ਬੁੱਟਰ ਸਿਵਿਆ ਦੇ ਪਹਿਲਾਂ ਅੰਦਰ ਲੈ ਕੇ ਜਾਏ ਜਾਂਦੇ ਨੇ ਤੇ ਜਿਹੜੀ ਬੁੱਟਰ ਸਿਵਿਆ ਦੀ ਜਿਹੜੀ ਆਲੇ ਦੁਆਲੇ ਫਿਰਨੀ ਆ ਫਿਰਨੀ ਦੇ ਅੰਦਰ ਇਹਨਾਂ ਨੇ ਜਾੜ ਬਣਾਇਆ ਪਹਿਲਾਂ ਪਿੰਡ ਚ ਟਰਾਲੀਆਂ ਵਾੜੀਆਂ ਜਾਂਦੀਆਂ ਨੇ ਬਾਅਦ ਚ ਉਥੋਂ ਕੱਢੀਆਂ ਜਾਂਦੀਆਂ ਨੇ ਰਸਤਾ ਜਿਹੜਾ ਵਾ ਪਿੰਡ ਬੁੱਟਰ ਸਿਵਿਆ ਦਾ ਸਿਵਿਆ ਤੋਂ ਲੈ ਕੇ ਅੱਡੇ ਬੁੱਟਰ ਤੱਕ ਜਿਹੜਾ ਰਸਤਾ ਵਾ ਉਹਨੂੰ ਟੋਟਲ ਬਲਾਕ ਰੱਖਿਆ ਜਾਂਦਾ ਤਾਂ ਕਰਕੇ ਉਸ ਰਸਤੇ ਦੀ ਆਜ਼ਾਦੀ ਲਈ ਸਾਡਾ ਸੰਘਰਸ਼ ਜਾਰੀ ਹੈ ਸਾਡਾ ਅਗਲੇ ਬੰਨੇ ਸੰਘਰਸ਼ ਜਿਹੜਾ ਵਾ ਉਥੇ ਜਿਹੜੀ ਇੱਕ ਇਲੀਗਲ ਤੌਰ ਤੇ ਗੈਰ ਕਾਨੂੰਨੀ ਤੌਰ ਤੇ ਜਿਹੜਾ ਇੱਕ ਇਚਨਾਲ ਪਲਾਂਟ ਜਿਹੜਾ ਜਿਹੜਾ ਇੱਥੇ ਲੱਗਾ ਜਿੱਥੇ ਇੱਥੇ ਲੋਕਾਂ ਦੀਆਂ ਜਿਹਨਾਂ ਚੀਕਾਂ ਕੱਢੀਆਂ ਇਹ ਲੋਕਾਂ ਸਾਡਿਆਂ ਦੀਆਂ ਉਥੇ ਚੀਕਾਂ ਕਢਾਉਣੀਆਂ ਇਹਨਾਂ ਨੇ ਅਸੀਂ ਉਹ ਜਿਹੜਾ ਇਲੀਗਲ ਤਰੀਕੇ ਨਾਲ ਜਿਹੜੀ ਫੈਕਟਰੀ ਲੱਗੀ ਉਹਨੂੰ ਹਟਾਉਣ ਲਈ ਸੰਘਰਸ਼ ਕਰਾਂਗੇ ਤੇ ਸਾਡਾ ਉਥੇ ਇੱਕ ਦੋ ਹੋਰ ਵੀ ਇਸ਼ੂ ਹੈਗੇ ਆ ਇੱਕ ਤਾਂ ਸਾਡਾ ਉਥੇ ਇੱਕ ਕਮੇਟੀ ਵੱਖਰੀ ਬਣਨੀ ਚਾਹੀਦੀ ਹੈ ਜਿਹੜੀ ਇਮਰਜੈਂਟਲੀ ਜਦੋਂ ਉਹ ਪੋਲੂਸ਼ਨ ਕਰਦਾ ਵਾ ਆਵੇ ਐਕਸ਼ਨ ਕਰੇ ਇੱਕ ਇਹ ਆ ਇਤੋਂ ਅਲੱਗ ਇੱਕ ਸਾਡੇ ਉੱਥੇ ਗੁਰਦੁਆਰਾ ਸਾਹਿਬ ਦੀ ਸੌਰੀ ਪਿੰਡ ਦੀ ਇੱਕ ਸਾਂਝੀ ਜਾਇਦਾਦ ਆ ਜ਼ਮੀਨ ਆ ਸਾਡੇ ਅੱਠ ਕੱਲੇ ਉੱਥੇ ਤੇ ਵੀ ਰਾਣਾ ਗੁਰਜੀਤ ਨੇ ਜਿਹੜਾ ਵਾ ਪੰਚਾਇਤੀ ਰਕਬੇ ਦੇ ਉੱਤੇ ਕਬਜ਼ਾ ਕੀਤਾ ਇੱਕ ਉਹਨੂੰ ਯਾਦ ਕਰਾਉਣਾ ਤਾਂ ਕਰਕੇ ਜਿੱਤਾਂ ਤੱਕ ਬਕਾਇਆ ਹੈ ਗਿਆ ਲੜਾਂਗੇ ਲੜਦੇ ਰਵਾਂਗੇ ਜਦੋਂ ਤੱਕ ਜਿਉਂਦੇ ਆ ਉਹਨਾਂ ਤੱਕ ਸੰਘਰਸ਼ ਕਰਾਂਗੇ ਜੀ ਭਾਈ ਜਿਹੜੇ ਵੀ ਲੋਕਾਂ ਨੇ ਇਹ ਸੰਘਰਸ਼ ਕੀਤੇ ਨੇ ਆਵਾਜ਼ ਠਾਈਆ ਤੁਸੀਂ ਪਹਿਲਾਂ ਵੀ ਕਿਹਾ ਕਿ ਪਰਚਿਆਂ ਤੋਂ ਨਹੀਂ ਡਰਦੇ ਉਹ ਲੋਕ ਜਿਹੜੇ ਇੱਧਰ ਤੁਰ ਪੈਂਦੇ ਨੇ ਰਾਵਾਂ ਤੇ ਬੜਾ ਕੁਝ ਦੇਖਣ ਨੂੰ ਮਿਲਦਾ ਏ ਅੱਜ ਇੱਥੇ ਜੀਰੇ ਵੀ ਬੜਾ ਕੁਝ ਹੋਇਆ ਲੋਕਾਂ ਦੇ ਨਾਲ ਧੱਕਾ ਹੋਇਆ ਜਿਹੜਾ ਹੋਇਆ ਇਹ ਕਿਉਂ ਫਿਰ ਜਿਹੜੇ ਆਵਾਜ਼ ਚੁੱਕਦੇ ਨੇ ਇੱਕ ਪਾਸੇ ਤਾਂ ਜਦੋਂ ਸਰਕਾਰ ਸਤਾ ਵਿੱਚ ਆਉਂਦੀ ਹੈ ਚਾਹੇ ਕੋਈ ਵੀ ਹੋਵੇ ਉਹ ਕਹਿੰਦੀ ਹੈ ਕਿ ਅਸੀਂ ਤੁਹਾਡੇ ਹੱਕ ਦੀ ਗੱਲ ਕਰਾਂਗੇ ਫਿਰ ਜਦੋਂ ਉਹੀ ਹੱਕ ਲੋਕ ਮੰਗਦੇ ਨੇ ਉਹਨਾਂ ਦੇ ਨਾਲ ਇਦਾਂ ਕਿਉਂ ਕੀਤਾ ਜਾਂਦਾ ਦੇਖੋ ਅਸਲ ਦੇ ਵਿੱਚ ਕੁਰਸੀ ਤੇ ਬੈਂਡ ਤੱਕ ਦਾ ਰੌਲਾ ਪੀ ਕੁਰਸੀ ਤੇ ਬਹਿ ਜੀਏ ਕਿਸੇ ਤਰੀਕੇ ਦੇ ਨਾਲ ਜੋ ਮਰਜੀ ਕਮਿਟਮੈਂਟ ਕਰ ਲੋ ਝੂਠੀਆਂ ਕਰੋ ਭਾਵੇਂ ਇਹ ਕਹੋ ਵੀ ਅਸੀਂ ਤੁਹਾਨੂੰ ਲੋਕਾਂ ਨੂੰ ਅੰਮ੍ਰਾਂ ਤੋਂ ਤਾਰੇ ਤੋੜ ਕੇ ਲਿਆ ਕੇ ਦਿਆ ਕਰਨੇ ਆ ਬੋਲਣ ਦੀ ਗੱਲ ਆ ਯਾਰ ਬੋਲੀ ਜਾਂਦੇ ਆ ਇੱਕ ਵਾਰੀ ਜਦੋਂ ਸੀਟ ਤੇ ਬਹਿ ਜਾਂਦੇ ਤੁਸੀਂ ਮੈਂ ਤੁਹਾਨੂੰ ਇੱਕ ਖਰਾਨਗੀ ਦੀ ਜਿਹੜੀ ਤੱਥ ਜਿਹੜਾ ਉਹ ਦੇਣ ਲੱਗਾ ਵਾ ਹੁਣ ਮੈਂ ਜਿਹੜਾ ਸਭ ਤੋਂ ਵੱਧ ਖਰਾਨਗੀ ਵਾਲਾ ਜੀ ਸਾਡੇ ਉੱਥੇ ਇਸ ਵੇਲੇ ਜਿਹੜੇ ਵਿਧਾਇਕ ਨੇ ਸਰਦਾਰ ਹਰਪਜਨ ਸਿੰਘ ਜੀ ਈਟੀਓ ਉਹਨਾਂ ਦੇ ਨਾਲ ਮੇਰੇ ਬੜੇ ক্লোਜ਼ ਰਿਲੇਸ਼ਨ ਬਹੁਤ ਹੀ ਜ਼ਿਆਦਾ ਜੋਕਾ ਉਹ ਮੇਰੇ ਧਰਨੇ ਦੇ ਵਿੱਚ ਉੱਥੇ ਬੈਠਦੇ ਰਿਹਾ ਮੇਰੇ ਨਾਲ ਮੇਰੀਆਂ ਜਮਾਨਤਾਂ ਉਹ ਕਰਵਾਉਂਦੇ ਰਿਹਾ ਨਾਲ ਰਹਿ ਆ ਤੁਸੀਂ ਕੋਈ ਵੀ ਵੀਡੀਓ ਕੱਢ ਕੇ ਦੇਖ ਲਓ ਹਰ ਇੱਕ ਵੀਡੀਓ ਦੇ ਵਿੱਚ ਨਾਲ ਹੋਣਗੇ ਮੂਵਮੈਂਟ ਦੇ ਐਂਡ ਤੱਕ ਜਦੋਂ ਤੱਕ ਇਲੈਕਸ਼ਨ ਸੀ ਉਦੋਂ ਤੱਕ ਮਤਲਬ ਵੀ ਉਹ ਸਾਡੇ ਨਾਲ ਰਹਿ ਆ ਤੇ ਵਾਦੇ ਵੀ ਇੱਥੇ ਉੱਥੇ ਸਾਡੇ ਏਰੀਆ ਦੇ ਵਿੱਚ ਇਹੋ ਕੀਤੇ ਜਾਂਦੇ ਰਹਿ ਲੋਕਾਂ ਨਾਲ ਭੀ ਜਿੱਦਣ ਮੈਂ ਸੱਤਾ ਦੇ ਵਿੱਚ ਸਾਡੀ ਪਾਰਟੀ ਬਣੇਗੀ ਅਸੀਂ ਆਵਾਂਗੇ ਤੇ ਤੁਹਾਡੇ ਜਿਹੜੇ ਇਹ ਟਰਾਲੀਆਂ ਦੇ ਰਸਤਾ ਜਿਹੜਾ ਉਹ ਆਜ਼ਾਦ ਕਰਵਾਵਾਂਗੇ ਤੁਹਾਡੇ এনवायरमेंट ਦੀ ਗੱਲ ਕਰਾਂਗੇ ਸਾਰਾ ਕੁਝ ਤੁਹਾਨੂੰ ਲੈ ਕੇ ਦੇਵਾਂਗੇ ਪਰ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਮੇਰੇ ਬ੍ਰਦਰ ਜਿਹੜੇ ਮੇਰੇ ਭਾਈ ਸਾਹਿਬ ਮੇਰਾ ਭਰਾ ਸਤਕਾਰਯੋਗ ਆ ਜਿੱਥੇ ਉਹ ਚੰਗੇ ਕੰਮ ਕਰੇਗਾ ਮੈਂ ਉਹਦੀ ਸੋਭਾ ਵੀ ਕਰਾਂਗਾ ਮੇਰੇ ਲਈ ਬਹੁਤ ਵਧੀਆ ਗਿਫਟ ਦਿੱਤੇ ਆ ਮੇਰੇ ਪਿੰਡ ਦੇ ਵਿੱਚ ਬਿਜਲੀ ਘਰ ਲਾਇਆ ਜਿਹੜਾ ਲਾਉਣ ਦੀ ਤਿਆਰੀ ਹੈ ਅਗਲੇ ਮਹੀਨੇ ਉਹਦਾ ਬਿਜਲੀ ਘਰ ਦਾ ਉਦਘਾਟਨ ਕਰਨਾ ਉਹਨੇ ਮੈਂ ਉੱਥੇ ਉਹਦੀ ਪ੍ਰਸ਼ੰਸਾ ਕਰਨੀ ਆ ਮੇਰੇ ਪਿੰਡ ਲਈ ਬੜੇ ਵੱਡਾ ਕੋਈ ਨਾ ਕੋਈ ਪ੍ਰੋਜੈਕਟ ਜਿਹੜਾ ਤਕਰੀਬਨ 1.5-2 ਕਰੋੜ ਦਾ ਦਿੱਤਾ ਸਾਨੂੰ ਗਿਫਟ ਨੇ ਜਦ ਤਣ ਉਹਦਾ ਉਦਘਾਟਨ ਕਰਾਇਆ ਉਹਦੀ ਵੀ ਮੈਂ ਸਫਤ ਕਰੂੰਗਾ ਪਰ ਜਿੱਥੇ ਜਿਹੜੀ ਚੀਜ਼ ਗਲਤ ਆ ਉਹ ਗਲਤ ਆ ਅੱਜ ਉਹ ਸਾਡੇ ਪਿੰਡ ਬੁੱਟਰ ਸਿਵਿਆ ਨੂੰ ਰਸਤੇ ਨੂੰ ਆਜ਼ਾਦ ਕਰਵਾਉਣ ਲਈ ਜਿਹੜਾ ਉਹਦੀ ਜਿਹੜੀ ਚੁੱਪ ਆ ਉਹ ਕਿਤੇ ਨਾ ਕਿਤੇ ਰੜਕਦੀ ਆ ਤੇ ਉਹ ਉਦੋਂ ਕਮਿਟਮੈਂਟ ਕਰਕੇ ਅੱਜ ਉਸ ਕਮਿਟਮੈਂਟ ਤੇ ਮੇਰਾ ਭਰਾ ਨਹੀਂ ਭੁਗਤ ਰਿਹਾ ਤੇ ਕਿਤੇ ਨਾ ਕਿਤੇ ਸੱਤਾ ਦਾ ਹੀ ਅਸਰ ਆ ਦਰਦ ਮਹਿਸੂਸ ਹੁੰਦਾ ਕਿ ਅਸੀਂ ਕੀ ਸੋਚਿਆ ਸੀ ਤੇ ਕੀ ਨਿਕਲ ਗਏ ਦੇਖੋ ਜੀ ਹੁੰਦਾ ਹੁੰਦਾ ਪਰ ਕਹਿੰਦੇ ਨੇ ਕਿ ਸੱਚਾ ਦੋਸਤ ਵੀ ਉਹੀ ਆ ਜਿਹੜਾ ਤੁਹਾਡੀਆਂ ਗਲਤੀਆਂ ਨੂੰ ਤੁਹਾਨੂੰ ਦੱਸੇ ਵੀ ਤੂੰ ਕਾਕਾ ਇੱਥੇ ਗਲਤ ਕੰਮ ਕਰ ਰਹੇ ਆ ਤੇ ਮਨਦੀਪ ਦੀ ਉਹ ਵਾਲੀ ਆਦਤ ਆ ਕਿ ਮੇਰੇ ਘਰ ਦਾ ਕੋਈ ਫੈਮਿਲੀ ਮੈਂਬਰ ਜਿੱਥੇ ਗਲਤ ਕੰਮ ਕਰੇ ਮੈਂ ਕਹਿੰਦਾ ਟੋਕ ਦੇਣਾ ਨਾ ਭਾਈ ਤੁਸੀਂ ਇੱਥੇ ਗਲਤ ਆ ਮੇਰੀ ਪੰਚਾਇਤ ਦੇ ਵਿੱਚ ਵੀ ਜੇਕਰ ਕੋਈ ਗੱਲ ਕੋਈ ਕਰਦਾ ਹੋਵੇ ਤੇ ਮੈਂ ਮੈਂ ਤੇ ਆਪਣੇ ਬ੍ਰਦਰ ਜਿਹੜੇ ਸਰਪੰਚ ਸਾਹਿਬ ਹੈ ਉਹਨਾਂ ਨੂੰ ਕਹਿੰਦਾ ਸਰਪੰਚ ਸਾਹਿਬ ਤੁਸੀਂ ਇੱਥੇ ਗਲਤ ਜੀ ਤੇ ਕੀ ਗੱਲ ਆ ਜੇ ਉਸ ਵ代यक ਦੀ ਅਸੀਂ ਸਪੋਰਟ ਦੇ ਵਿੱਚ ਹਾਂ ਉਹਨੂੰ ਪਿੰਡ ਦੇ ਵਿੱਚੋਂ ਵੋਟਾਂ ਪਵਾਈਆਂ ਜਿੰਨੇ ਜੋਗੇ ਹੈਗੇ ਆ ਉਹ ਲੰਮਾ ਉਹਦੇ ਨਾਲ ਸਾਡੇ ਸਬੰਧ ਨੇ ਤੇ ਜੇ ਅੱਜ ਉਹ ਕਿਤੇ ਗਲਤ ਆ ਤੇ ਮੈਂ ਹੇ ਇਕ ਠੋਕ ਕੇ ਕਵਾਂਗਾ ਵੀ ਭਾਈ ਪਹਿਲਾਂ ਤਾਂ ਅੰਦਰ ਬਹਿ ਕੇ ਕਵਾਂਗਾ ਕਿਆ ਕਿਆ ਵੀ ਆ ਅੰਦਰ ਬਹਿ ਕੇ ਕਹਿੰਦਾ ਭਾਈ ਸਾਹਿਬ ਹੋਈ ਆ ਵੀ ਭਾਈ ਸਾਹਿਬ ਤੁਸੀਂ ਸਾਨੂੰ ਜਿਹੜੇ ਸਾਡੇ ਉਥੇ ਕਮਿਟਮੈਂਟ ਕਰਕੇ ਆਏ ਜੇ ਲੋਕਾਂ ਨਾਲ ਉਥੇ ਭੁਗਤੋ ਉਥੇ ਖਰੇ ਉਤਰੋ ਉਹ ਟਾਈਮ ਮੰਗੀ ਜਾਂਦੇ ਨੇ ਟਾਈਮ ਮੰਗੀ ਜਾਂਦੇ ਨੇ 8-10 ਮਹੀਨੇ ਹੋ ਗਿਆ ਹੁਣ ਮੈਂ ਥੋੜਾ ਥੋੜਾ ਬੋਲਣਾ ਸ਼ੁਰੂ ਕਰ ਦਿੱਤਾ ਵੀ ਭਾਈ ਸਾਹਿਬ ਨਹੀਂ ਆਖੇ ਲੱਗ ਰਿਹਾ ਮੇਰੇ ਤੇ ਕਿਤੇ ਨਾ ਕਿਤੇ ਉਸੀ ਨਾਲ ਕਿਸੇ ਮਨ ਨੂੰ ਜ਼ਰੂਰ ਦੁਖੀ ਹੁੰਦਾ ਵੀ ਜਿੰਨਾ ਲੋਕਾਂ ਨੂੰ ਚੁਣਿਆ ਜਿਹੜੇ ਬੰਦੇ ਨੇ ਉਹ ਕਮਿਟਮੈਂਟ ਕਰ ਕਰਤੀ ਆ ਉਸ ਕਮਿਟਮੈਂਟ ਦੇ ਉੱਤੇ ਪੂਕਤਣਾ ਚਾਹੀਦਾ ਭਾਵੇਂ ਰਾਜਨੀਤੀ ਦੇ ਵਿੱਚ ਯਾਰ ਸੱਤਾ ਦੇ ਵਿੱਚ ਆਉਣਾ ਤੇ ਜਾਣਾ ਉਹ ਚੱਲਦਾ ਰਹਿੰਦਾ ਇਹ ਕੁਦਰਤ ਦਾੰਦੇ ਜਿਵੇਂ ਬਈ ਇੱਕ ਸੋਸ਼ਲ ਮੀਡੀਆ ਤੇ ਇੱਕ ਗੱਲ ਵੀ ਵਾਇਰਲ ਹੋਈ ਸੀ ਕਿ ਇਹ ਜਿਹੜੀ ਕੁਰਸੀ ਬਣੀ ਹੈ ਕਿਹੜੀ ਲੱਕੜ ਦੀ ਬਣੀ ਆ ਦੱਸ ਦੋ ਜਿਹੜਾ ਇਹਦੇ ਤੇ ਬਹਿ ਜਾਂਦਾ ਉਹ ਇਹਦਾ ਹੋ ਜਾਂਦਾ ਸਹੀ ਮੈਨ ਇਹ ਦੇ ਵਿੱਚ ਤੁਹਾਨੂੰ ਇੱਕ ਗੱਲ ਦੱਸਾਂ ਉਹ ਜਿਹੜੀ ਕੁਰਸੀ ਆ ਨਾ ਕੁਰਸੀ ਦੀ ਪਛਾਣ ਹੀ ਨਹੀਂ ਲੋਕਾਂ ਨੂੰ ਆਉਂਦੀ ਹਮ ਮਹਾਰਾਜਾ ਰਣਜੀਤ ਸਿੰਘ ਵੀ ਉਸੇ ਕੁਰਸੀ ਤੇ ਬੈਠਾ ਹੈ ਹਮ ਜੀ ਬੈਠਾ ਹੈ ਨਾ ਇਹੋ ਜਿਹੇ ਵੀ ਲੋਕ ਹੈਗੇ ਆ ਜਿਹੜੇ ਪਿੰਡ ਦੇ ਵਿੱਚ ਇੱਕ ਵਾਰੀ ਲੋਕ ਉਹਨਾਂ ਨੂੰ ਸਰਪੰਚ ਬਣਾਉਂਦੇ ਬਾਅਦ ਚ 25 25 30 30 ਸਾਲ ਲੋਕੀਆਂ ਦੇ ਨਹੀਂ ਭਾਈ ਇਹਦੇ ਤੇ ਸਰਬਸੰਮਤੀ ਕਰ ਦਿਓ ਅਸਲ ਦੇ ਵਿੱਚ ਸਿਆਸਤ ਜਿਹੜੀ ਆ ਉਹ ਸੇਵਾ ਵਾ ਪਰ ਜਦੋਂ ਸੇਵਾ ਨੂੰ ਸਹੀ ਤਰੀਕੇ ਦੇ ਨਾਲ ਨਹੀਂ ਸਮਝਿਆ ਜਾਂਦਾ ਨਾ ਤਾਂ ਲੋਕ ਕਹਿੰਦੇ ਵੀ 5 ਸਾਲ ਤੇ ਆਈ ਆਈ ਲੋ ਇੱਕ ਟਾਈਮ ਆ ਤੁਹਾਡੇ ਕੋਲੇ ਜਦੋਂ ਤੁਸੀਂ ਪਾਵਰ ਦੇ ਵਿੱਚ ਆਗੇ ਤੁਹਾਡਾ ਸਾਰਾ ਤੰਤਰ ਪ੍ਰਸ਼ਾਸਨ ਮੈਂਕਮੇ ਸਾਰੇ ਤੁਹਾਡੇ ਅੰਦਰ ਆ ਰੱਜ ਕੇ ਚਾਜ ਨਾਲ ਸੇਵਾ ਕਰ ਦਿਓ ਨਾ ਦੁਬਾਰਾ ਜਾ ਕੇ ਲੋਕਾਂ 'ਚ ਹੱਥ ਜੋੜਨ ਦੀ ਲੋੜ ਨਹੀਂ ਕਿਸੇ ਨੂੰ ਲੋਕ ਘਰੇ ਬਾਹਰ ਲੜਨਗੇ ਆਖਣਗੇ ਵੀ ਪਾਉ ਤੂੰ ਘਰੇ ਬਹਿ ਜਾ ਵੋਟਾਂ ਤੈਨੂੰ ਪੈ ਜਾਣਗੀਆਂ ਜੀ ਕਿਤੇ ਨਾ ਕਿਤੇ ਸੇਵਾ ਵਾਲਾ ਭਾਵ ਆਉਣਾ ਚਾਹੀਦਾ ਉਹ ਸੇਵਾ ਵਾਲਾ ਭਾਵ ਤਾਂ ਗਾਇਬ ਹੋ ਗਿਆ ਸੋ ਲੋੜ ਆ ਸੰਜੀਦਾ ਹੋਣ ਦੀ ਉਹਨਾਂ ਲੋਕਾਂ ਨੂੰ ਸੰਜੀਦਾ ਹੋਣ ਲਈ ਜਿਨ੍ਹਾਂ ਲੋਕਾਂ ਨੂੰ ਜੋ ਲੋਕਾਂ ਨੇ ਸੇਵਾ ਬਖਸ਼ੀਆ ਉਹਨੂੰ ਸੇਵਾ ਨੂੰ ਸੇਵਾ ਸਮਝ ਕੇ ਕਰਨ ਜੇ ਕਰਨਗੇ ਠੀਕ ਆ ਨਹੀਂ ਤੇ ਜੇ ਪੁਰਾਣੇ ਨਹੀਂ ਰਹੇ ਤੇ ਨਵੇਂ ਕਿੱਥੋਂ ਰਹਿਣੇ ਭਾਈ ਤੁਸੀਂ ਇੱਕ ਗੱਲ ਕਹੀ ਸੀ ਕਿ ਜਦੋਂ ਤੁਸੀਂ ਰਾਣੇ ਦੇ ਫੈਕਟਰੀ ਦੇ ਖਿਲਾਫ ਆਵਾਜ਼ ਚੱਕੀ ਸੀ ਉਦੋਂ ਤੁਸੀਂ ਇਕੱਲੇ ਸੀ ਪਿੰਡ ਵਾਲੇ ਵੀ ਡਰਦੇ ਸੀ ਕਿ ਕਿਉਂਕਿ ਇੱਕ ਇਹ ਕਹਿ ਸਕਦੇ ਕਿ ਇੱਕ ਦਿਗਜ ਜਾਂ ਵੱਡਾ ਇੱਕ ਸ਼ਰਮੇਦਾਰ ਵੀ ਕਹਿ ਦਈਏ ਤਾਂ ਉਹਦੀ ਪਰਸੈਪਸ਼ਨ ਹੀ ਬੜੀ ਬੜੀ ਨਾ ਮੰਛਾਆਂ ਜਾਂ ਕੁੰਡੀਆਂ ਉਹ ਵੇਖ ਕੇ ਡਰ ਲੱਗਦਾ ਉਹਨੂੰ ਲੋਕਾਂ ਨੂੰ ਬਾਕੀ ਉਹਦੀ ਪਰਸੈਪਸ਼ਨ ਬੜੀ ਬੜੀ ਆ ਸਾਡੇ ਏਰੀਆ ਦੇ ਵਿੱਚ ਇਹ ਪਰਸੈਪਸ਼ਨ ਬਣੀ ਆ ਵੀ ਰਾਣਾ ਗੁਰਜੀਤ ਬੜਾ ਤਕੜਾ ਗੁੰਡਾ ਰਾਣਾ ਗੁਰਜੀਤ ਬੜਾ ਤਕੜਾ ਗੁੰਡਾ ਹੈ ਲੋਕ ਇਹਦੇ ਤੋਂ ਬਹੁਤ ਡਰਦੇ ਆ ਤਾਂ ਕਰਕੇ ਇਸ ਕਰਕੇ ਵੀ ਪਤਾ ਨਹੀਂ ਇਹਨੇ ਕੀ ਕਰ ਦੇਣਾ ਖੈਰ ਸਾਡੀ ਅਸਲ ਦੇ ਵਿੱਚ 브ਦਰਸ ਉਹਦੇ ਨਾਲ ਨਿੱਜੀ ਲੜਾਈ ਨਹੀਂ ਆ ਸਾਡੀ ਉਹਦੀਆਂ ਜਿਹੜੀਆਂ ਗਲਤ ਹਰਕਤਾਂ ਨੇ ਉਹਨਾਂ ਦੇ ਖਿਲਾਫ ਆਵਾਜ਼ ਆ ਕਾਰੋਬਾਰ ਕਰੇ ਆਪਣਾ ਮੈਂ ਪਹਿਲਾਂ ਵੀ ਜ਼ਿਕਰ ਕਰਦਾ ਅਕਸਰ ਕਿ ਇੰਡਸਟਰੀਜ਼ ਜਿਹੜੀ ਆ ਉਹ ਸਾਡੇ ਲਈ ਬਹੁਤ ਜ਼ਰੂਰੀ ਆ ਸਾਡੇ ਦੇਸ਼ ਦੀ ਰੀੜ ਦੀ ਹੱਡੀ ਜਿਹੜੀ ਉਹ ਇੰਡਸਟਰੀ ਹੁੰਦੀ ਆ ਇੰਡਸਟਰੀ ਨਹੀਂ ਹੋਏਗੀ ਤੇ ਸਾਡੀਆਂ ਲੋ ਜਿਹੜੀਆਂ ਰੋਜ਼ ਦੀਆਂ ਲੋੜਾਂ ਉਹ ਕਿੱਥੋਂ ਪੂਰੀਆਂ ਹੋਣਗੀਆਂ ਇੰਡਸਟਰੀ ਜ਼ਰੂਰੀ ਆ ਪਰ ਇੰਡਸਟਰੀ ਨੂੰ ਇੰਡਸਟਰੀ ਦੇ ਨਿਯਮਾਂ ਦੇ ਮੁਤਾਬਕ ਚਲਾਉਣਾ ਜ਼ਰੂਰੀ ਆ ਕਿਉਂਕਿ ਇੰਡਸਟਰੀ ਤੋਂ ਜ਼ਰੂਰੀ ਸਾਡੇ ਸਵਾਸ ਨੇ ਸਾਡਾ ਪਾਣੀ ਆ ਸਾਡੀ ਹਵਾ ਵਾ ਜੇਕਰ ਇਹ ਸਾਡੇ ਕੋਲੇ ਹੋਏਗਾ ਤੇ ਫਿਰ ਹੀ ਅਸੀਂ ਜਿਉਂਦੇ ਰਹਿ ਸਕਦੇ ਆ ਨੇ ਤਾਂ ਤੁਹਾਨੂੰ ਪਤਾ ਹੀ ਆ ਕਿ ਪੈਸਾ ਜਿਹੜਾ ਵਾ ਉਹ ਅਹਮiyet ਨਹੀਂ ਰੱਖਦਾ ਸਿਹਤਮੰਦ ਜੀਵਨ ਜਿਹੜਾ ਵਾ ਉਹ ਵੀ ਸਾਡਾ ਅਧਿਕਾਰ ਆ ਉਹਨੂੰ ਫੈਕਟਰੀਆਂ ਨੂੰ ਸਾਨੂੰ ਸਾਡ ਨੂੰ ਜਿਹੜਾ ਵਾ ਉਹ ਉਸ ਚੀਜ਼ ਤੋਂ ਵਾਂਝਿਆ ਨਹੀਂ ਕਰਨਾ ਚਾਹੀਦਾ ਜੇ ਫੈਕਟਰੀਆਂ ਸਾਨੂੰ ਉਸ ਚੀਜ਼ ਤੋਂ ਵਾਂਝਿਆ ਕਰਨਗੀਆਂ ਤੇ ਸਰਕਾਰਾਂ ਉਸ ਚੀਜ਼ ਦੇ ਵਿੱਚ ਸਪੋਰਟ ਕਰਨਗੀਆਂ ਪ੍ਰਸ਼ਾਸਨ ਉਸ ਚੀਜ਼ ਦੇ ਵਿੱਚ ਸਪੋਰਟ ਕਰੇਗਾ ਤਾਂ ਫਿਰ ਇਹੋ ਜਿਹੇ ਧਰਨੇ ਜਿੱਦਾਂ ਉਹ ਸਾਹਮਣੇ ਲੱਗੇ ਨਾ ਜੀ ਇਦਾਂ ਦੇ ਧਰਨੇ ਲੱਗਦੇ ਰਹਿਣਗੇ ਬੁੱਟਰ ਸਿਵਿਆ ਦੇ ਵਿੱਚ ਵੀ ਧਰਨੇ ਲੱਗਣਗੇ ਆਉਣ ਵਾਲੇ ਸਮੇਂ ਦੇ ਵਿੱਚ ਤੇ ਮਹਿਦਵਾਨੀ ਦੇ ਵਿੱਚ ਵੀ ਧਰਨੇ ਲੱਗਣਗੇ ਹਿਮਾਚਲ ਤੇ ਪੰਜਾਬ ਦੀਆਂ ਜੜ੍ਹਾਂ 'ਚ ਬੈਠਾ ਉੱਥੇ ਜਾ ਕੇ ਕੁਲਦੀਪ ਸਿੰਘ ਧਾਲੀਵਾਲ ਜਿਹੜਾ ਬਹੁਤ ਉੱਥੇ 84 ਦਿਨਾਂ ਦੇ ਜਿਹੜਾ ਧਰਨਾ ਲੱਗਾ ਸੀ 84 ਦਿਨ ਲਗਾਤਾਰ ਉੱਥੇ ਧਰਨਾ ਲਗਾ ਰਿਹਾ ਉਹਦਾ ਕਤਲ ਕਰਕੇ ਆਇਆ ਜਿਹੜਾ ਇਹਦਾ ਡਿਪਟੀ ਸਪੀਕਰ ਐਸ ਸਰਕਾਰ ਦਾ ਤੇ ਮੌਜੂਦਾ ਮੰਤਰੀ ਜਿਹੜਾ ਕੁਲਦੀਪ ਸਿੰਘ ਧਾਲੀਵਾਲ ਇਦੇ ਵੱਲੋਂ ਸਿਆਸੀ ਕਤਲ ਕਰ ਦਿੱਤਾ ਗਿਆ ਉਸ ਧਰਨੇ ਦਾ ਤੇ ਅੱਜ ਦੀ ਰੇਡ ਦੇ ਵਿੱਚ ਮੈਦਵਾਨੀ ਪਿੰਡ ਦੇ ਵਿੱਚ ਸਮੈਲ ਦੀ ਵੀ ਸਮੱਸਿਆ ਉੱਥੇ ਸਵਾਦ ਦੀ ਵੀ ਸਮੱਸਿਆ ਉੱਥੇ ਰਾਵਾਂ ਦੀ ਵੀ ਸਮੱਸਿਆ ਸਾਰੀਆਂ ਸਮੱਸਿਆਵਾਂ ਉੱਥੇ ਜਿਉਂਦੀਆਂ ਤੇ ਉਹ ਨੇ ਉਹਨਾਂ ਦੇ ਉੱਤੇ ਤੁਸੀਂ ਹਰਾਨ ਹੋ ਜਾਣਾ ਜੇ ਮੈਂ ਬਾਅਦ ਚੁੱਕੀ ਆ ਮੇਰੇ ਸਾਥੀਆਂ ਨੇ ਬਾਅਦ ਚੁੱਕੀ ਆ ਮੇਰੇ ਨਾਲ ਸਾਡੇ ਦੇ ਪਰਚੇ ਇਹਨਾਂ ਨੇ ਚੁੱਕੀ ਇਹਨਾਂ ਦੇ ਪਰਚੇ ਜੇ ਉਹਨਾਂ ਨੇ ਚੁੱਕੀ ਸੀ ਨਾ 84 ਦਿਨ ਜਿਨ੍ਹਾਂ ਨੇ ਧਰਨਾ ਲਾਇਆ ਉਹਨਾਂ ਦੇ ਵਿੱਚ ਪੁੱਛ ਕੇ ਦੇਖੋ ਇੰਟਰਵਿਊ ਕਰਿਓ ਉਹਨਾਂ ਦੀ ਵੀ ਜ਼ਰੂਰ ਉੱਥੇ ਉਹਨਾਂ ਦੇ ਵੀ ਪਰਚੇ ਹੋਏ ਨੇ ਤੇ ਸਾਰਾ ਜਦੋਂ ਉਹਨਾਂ ਨੂੰ ਧਰਨਿਆਂ ਨੂੰ ਖਤਮ ਕੀਤਾ ਗਿਆ ਨਾ ਜਾ ਕੇ ਜਦੋਂ ਭਰੋਸਾ ਦਿੱਤਾ ਗਿਆ ਡਿਪਟੀ ਸਪੀਕਰ ਦੇ ਵੱਲੋਂ ਵੀ ਤੁਸੀਂ ਧਰਨਾ ਚੱਕੋ ਇੱਥੋਂ ਤੁਹਾਡੇ ਪਰਚੇ ਵੀ ਰੱਦ ਹੋਣਗੇ ਤੁਹਾਡੀਆਂ ਸਮੱਸਿਆਵਾਂ ਵੀ ਜਿਹੜੀਆਂ ਹੱਲ ਹੋਣਗੀਆਂ ਤੇ ਪਰਸੋਂ ਉਹ ਲੋਕ ਉੱਥੋਂ ਦੇ ਜ਼ਿਲ੍ਹਾ ਮੈਜਿਸਟ੍ਰੇਟ ਜਿਹੜਾ ਡੀਸੀ ਨੇ ਉਹਨਾਂ ਦੇ ਕੋਲੇ ਜਾ ਕੇ ਫਿਰ ਤਰਲੇ ਕਰਨ ਗਿਆ ਵੀ ਜਿਹੜੇ ਤੁਹਾਡੇ ਪਰਚੇ ਵੀ ਸਟੈਂਡਿੰਗ ਆ ਸਾਡੀ ਹਵਾ ਵੀ ਖਰਾਬ ਹੈ ਸਾਡਾ ਪਾਣੀ ਵੀ ਖਰਾਬ ਹੈ ਸਾਡੇ ਰਾਹ ਵੀ ਅੱਜ ਵੀ ਖਰਾਬ ਆ ਸੋ ਕੁਲਦੀਪ ਸਿੰਘ ਢਾਲੀਵਾਲ ਜਿਹੜਾ ਇੱਕ ਸੰਛਿਦਾ ਇਨਸਾਨ ਆ ਮੈਂ ਉਹਦੀ ਕਦਰ ਕਰਦਾ ਬਹੁਤ ਵਧੀਆ ਵਾ ਮੈਂ ਨਿੱਜੀ ਤੌਰ ਤੇ ਵੀ ਉਹਨੂੰ ਮਿਲਿਆ ਵਾ ਸਾਡੇ ਪਿੰਡ ਨੇੜੇ ਪਿੰਡ ਆ ਗੱਗੜਪਾਣਾ ਉੱਥੇ ਗੱਗੜਪਾਣੇ ਆਏ ਸੀ ਉਹ ਜੀ ਉਦੋਂ ਸਾਡੇ ਸਵਾਦ ਆ ਮਸਲਾ ਚੱਲ ਰਿਹਾ ਸੀ ਉਦੋਂ ਅਸੀਂ ਬੈਠੇ ਵੀ ਆ ਉਦੋਂ ਵਧੀਆ ਇਨਸਾਨ ਆ ਪਰ ਜਦੋਂ ਕੁਰਸੀ ਉਹੋ ਗੱਲ ਹੋ ਗਈ ਨਾ ਜਦੋਂ ਕੁਰਸੀ ਤੇ ਬਹਿ ਜਾਂਦੇ ਆ ਸੱਚ ਪਤਾ ਨਹੀਂ ਕੀ ਆ ਵੀ ਸਿੱਧਾ ਯੋਗ ਕੁਰਸੀ ਤੋਂ ਕਨੈਕਸ਼ਨ ਜਿਹੜਾ ਦਿਮਾਗ ਦੇ ਨਾਲ ਆ ਕੋਈ ਨਿਊਟਰਲ ਹੋ ਜਾਂਦਾ ਨਿਊਟਰਲ ਹੋ ਜਾਂਦਾ ਉਦੋਂ ਫਿਰ ਸਿਰਫ ਇਹੀ ਚੀਜ਼ਾਂ ਦੇਖਦੀਆਂ ਵੀ ਮੈਂ ਇਸ ਕੁਰਸੀ ਤੇ ਟਿਕਿਆ ਕੇ ਮੇਰੇ ਰਹਿਣਾ ਹੂੰ ਸੋ ਸੰਜੀਦਾ ਹੋਣਾ ਪਊਗਾ ਸਰਕਾਰਾਂ ਨੂੰ ਛੇਕਰ ਸੰਜੀਦਾ ਨਹੀਂ ਹੋਣਗੀਆਂ ਟੀਕਾ ਤਾਂ ਚੰਗੇ ਕੰਮ ਕਰਕੇ ਵੀ ਜਾਇਜ਼ ਆ ਸਕਦਾ ਟੀਕਾ ਲੋਕਾਂ ਦੀ ਆਵਾਜ਼ ਚੱਕ ਕੇ ਵੀ ਜਾਇਜ਼ ਆ ਸਕਦਾ ਤੁਸੀਂ ਪਹਿਲਾਂ ਕਿਹਾ ਸੀ ਕਿ ਉਹਨੂੰ ਆਪਣੇ ਆਪ ਸਰਪੰਚ ਨੂੰ ਵੀ ਸਰਸੰਤੀ ਦੇ ਦਿੱਤੀ ਜਾਂਦੀ ਹੈ ਫਿਰ ਇਦਾਂ ਕੁਝ ਇੱਕ ਪਰ ਜਦੋਂ ਪਤਾ ਇਹ ਸਰਕਾਰ ਵੀ ਜਾਣਦੀ ਹੈ ਬਾਈ ਮਨਦੀਪ ਵੀ ਇਹਨਾਂ ਦੇ ਭਾਵੇਂ ਪਰਚੇ ਪਾ ਲੋ ਇਹ ਡਰਨ ਵਾਲੇ ਲੋਕ ਹੈ ਨਹੀਂਗੇ ਪਰ ਫਿਰ ਵੀ ਉਹ ਕਦਮ ਕਿਉਂ ਕਰਦੀ ਹੈ ਦੇਖੋ ਅਸਲ ਦੇ ਵਿੱਚ ਤੁਹਾਡਾ ਸਵਾਲ ਬਹੁਤ ਵਧੀਆ ਮੈਂ ਜਿੰਨਾ ਕਿ ਇਸ ਚੀਜ਼ ਨੂੰ ਸਮਝਦਾ ਨਾ ਕਿਉਂਕਿ ਮੈਂ ਇੱਕ ਪੰਚਾਇਤ ਵੀ ਨਾਲ ਬ੍ਰਦਰ ਦੀ ਜਿਹੜੀ ਆ ਮੇਰੇ ਭਾਬੀ ਜੀ ਸਤਕਾਰਯੋਗ ਕਬਲਜੀਤ ਕੌਰ ਸਰਪੰਚ ਨੇ ਮੈਂ ਇਸ ਸਿਸਟਮ ਨੂੰ ਬੜਾ ਅੰਦਰੂਨੀ ਤੌਰ ਤੇ ਸਮਝਦਾ ਅਸਲ ਦੇ ਵਿੱਚ ਪਿੰਡਾਂ 'ਚ ਵਿਕਾਸ ਕਿਉਂ ਨਹੀਂ ਹੁੰਦਾ ਸਰਪੰਚ ਬਦਲ ਜਾਂਦਾ ਹਰ 5 ਸਾਲ ਬਾਅਦਾਂ ਵਿਕਾਸ ਕਿਉਂ ਨਹੀਂ ਹੁੰਦਾ ਉਹਦਾ ਮੇਨ ਰੀਜ਼ਨ ਇਹ ਆ ਕਿ ਤੁਸੀਂ ਬੜੇ ਚਾਵਾ ਨਾਲ ਆਪਾਂ ਪਿੰਡ ਦਾ ਸਰਪੰਚ ਚੁਣਦੇ ਆ ਪਰ ਸਹੀ ਉਹਨੂੰ ਮਗਰਲੇਬਨ ਨੇ ਚਲਾਉਣ ਵਾਲਾ ਸੈਕਟਰੀ ਮਗਰਲੇਬਨ ਨੇ ਬੀਡੀਓ ਡੀਡੀਪੀਓ ਉਹਦੇ ਜੇ ਉਹਦੇ ਜਿੰਨੀ ਵੀ ਐਡਮਿਨਿਸਟ੍ਰੇਸ਼ਨ ਹੈ ਜਿਹੜੀ ਉਹਦੇ ਨਾਲ ਜੁੜੀ ਉਸ ਉਸ ਨੂੰ ਪਲੇ ਕਰਨਾ ਜਿੰਨਾਂ ਨੇ ਓਏ ਉਹੀ ਆ ਸਿਰਫ ਚਿਹਰੇ ਬਦਲ ਜਾਂਦੇ ਨੇ ਮਗਰਲੇਬਨ ਨੇ ਅੱਜ ਦੀ ਰੇਡ ਦੇ ਵਿੱਚ ਕੀ ਆ ਪ੍ਰਿੰਸੀਪਲ ਸੈਕਟਰੀ ਕੌਣ ਆ ਸੈਕਟਰੀ ਕੌਣ ਆ ਇਹਨਾਂ ਦੇ ਇਹਨਾਂ ਦੇ ਪੀਏ ਕੌਣ ਆ ਜਿਨ੍ਹਾਂ ਨੇ ਸਾਰਾ ਕੁਝ ਦੱਸਣਾ ਹੁੰਦਾ ਓ ਯਾਰ ਉਹ ਤਾਂ ਉਹੀ ਆ ਪਹਿਲਾਂ ਵਾਲੇ ਹੀ ਆ ਉਹ ਮੇਨ ਇਹਨਾਂ ਦੇ ਚਿਹਰੇ ਹੀ ਬਦਲੇ ਆ ਮਗਰਲੇਬਨ ਨੇ ਐਡਮਿਨਿਸਟ੍ਰੇਸ਼ਨ ਤਾਂ ਉਹੀ ਆ ਜਿੰਨਾ ਚਿਰ ਐਡਮਿਨਿਸਟ੍ਰੇਸ਼ਨ ਨੂੰ ਸੰਜੀਦਾ ਹੋਣ ਦੀ ਤਾੜਦਾ ਇਹ ਨਹੀਂ ਕਰਦੀ ਸਰਕਾਰ ਐੋ ਜੇ ਆ ਟੁਗਲਕੀ ਫਰਮਾਨ ਆ ਆਓ ਜੀ ਆ ਐੜੀ ਗੈਂਡੀਆਂ ਤਕੜੀਆਂ ਫੋਰਸਾਂ ਲਾ ਦੇਣ ਵਾਲੇ ਜਿਹੜੇ ਆਰਡਰ ਆ ਤੁਹਾਡੇ ਕੀ ਖਿਆਲ ਦੇ ਵਿੱਚ ਆ ਵੀ ਇਹ ਜਿਹੜੀ ਆ ਪੋਲਿਟੀਕਲ ਲੋਕ ਲੈਿੰਦੇ ਆ ਇਹ ਐਡਮਿਨਿਸਟ੍ਰੇਸ਼ਨ ਹੀ ਦੱਸਦੀ ਹੈ ਇਹਨਾਂ ਨੂੰ ਆ ਜਿਹੜੇ ਕੁਰਸੀਆਂ ਦੇ ਅੰਦਰ ਜਿਹੜੇ ਬਿਊਰੋਕ੍ਰੇਟਸ ਬੈਠੇ ਉਹ ਸਾਰਾ ਕੁਝ ਦੱਸਦੇ ਆ ਜੀ ਹੁਣ ਇਹਨੂੰ ਏਦਾਂ ਕਰ ਦਿਓ ਇਹਨੂੰ ਏਦਾਂ ਕਰ ਦਿਓ ਜੀ ਦੇਖੋ ਅਸਲ ਦੇ ਵਿੱਚ ਜਿਹੜਾ ਸੰਜੀਦਾ ਹੋਣਾ ਪਊਗਾ ਇਹਨਾਂ ਜ਼ਿੰਮੇਵਾਰ ਲੋਕਾਂ ਨੂੰ ਵੀ ਜ਼ਿੰਮੇਵਾਰੀ ਸਾਡੀ ਬਣਦੀ ਆ ਸਾਡੇ ਸੈਕਟਰੀ ਨੂੰ ਕਿਸੇ ਨੇ ਨਹੀਂ ਪੁੱਛਣਾ ਕੱਲ ਨੂੰ ਕੋਈ ਗਬਨ ਹੁੰਦਾ ਕੋਈ ਫਸਦਾ ਵਾ ਸਰਪੰਚ ਫਸ ਜਾਂਦਾ ਕਦੀ ਸੈਕਟਰੀ ਸੁਣਿਆ ਵੀ ਸੈਕਟਰੀ ਜਿਹੜਾ ਉਹ ਨਾਲ ਫਸਿਆ ਹੋਵੇ ਸੈਕਟਰੀ ਆਪਣੇ ਖਾਣਾ ਪੂਰਤੀਆਂ ਕਰ ਦਿੰਦੇ ਆ ਜੀ ਤਾਂ ਕਰਕੇ ਜਿਹੜਾ ਬਹੁਤ ਸੰਜੀਦਾ ਇਹਨਾਂ ਲੋਕਾਂ ਨੂੰ ਹੋਣਾ ਪਊਗਾ ਕਿਉਂਕਿ ਲੋਕਾਂ ਨੇ ਇਹਨਾਂ ਨੂੰ ਚੁਣਿਆ ਨਾ ਕਿ ਇਹਨਾਂ ਦੇ ਸੈਕਟਰੀਆਂ ਨੂੰ ਨਾ ਇਹਨਾਂ ਦੇ ਪ੍ਰਿੰਸੀਪਲ ਸੈਕਟਰੀਆਂ ਨੂੰ ਚੁਣਿਆ ਲੋਕਾਂ ਨੇ ਚੁਣਿਆ ਭਗਵੰਤ ਮਾਨ ਨੂੰ ਲੋਕਾਂ ਨੇ ਚੁਣਿਆ ਹਰਪ੍ਰੀਤ ਸਿੰਘ ਈਟੀਓ ਨੂੰ ਲੋਕਾਂ ਨੇ ਚੁਣਿਆ ਕੁਲਦੀਪ ਸਿੰਘ ਢਾਲੀਵਾਲ ਨੂੰ ਲੋਕਾਂ ਨੇ ਚੁਣਿਆ ਨਰੇਸ਼ ਕਟਾਰੀਏ ਨੂੰ ਸਮਝੇ ਨਾ ਜੀ ਲੋਕਾਂ ਨੇ ਇਹਨਾਂ ਦੇ ਅਫਸਰ ਨਹੀਂ ਚੁਣਿਆ ਤਾਂ ਕਰਕੇ ਇਹਨਾਂ ਨੂੰ ਸੰਸ਼ੀਧਾ ਹੋਣਾ ਪਊਗਾ ਇਹਨਾਂ ਨੂੰ ਇਹ ਚੀਜ਼ ਨੂੰ ਸਮਝਣਾ ਪਊਗਾ ਕਿ ਸਾਨੂੰ ਜੇ ਲੋਕਾਂ ਨੇ ਸੇਵਾ ਦਿੱਤੀ ਆ ਤੇ ਲੋਕਾਂ ਨੇ 5 ਸਾਲ ਹੀ ਸੇਵਾ ਦਿੱਤੀ ਆ ਤੇ ਇਸ 5 ਸਾਲ ਦੀ ਸੇਵਾ ਨੂੰ 50 ਸਾਲ ਤੱਕ ਕਿਵੇਂ ਲੈ ਕੇ ਜਾਣਾ ਵਾ ਜੇ ਚੰਗਾ ਸ਼ਾਸਨ ਦੇਣਗੇ ਚੰਗਾ ਸ਼ਾਸਨ ਦੇਣਗੇ ਤੇ ਚੰਗੇ ਚੰਗਾ ਪ੍ਰਸ਼ਾਸਨ ਦੇਣਗੇ ਉਨਾ ਚਿਰਿਆ ਨਹੀਂ ਤੇ ਉਦਾਂ ਤੇ ਭਾਈ 5 ਸਾਲ ਤੇ ਆ ਹੀ ਲਓ ਜੀ ਬਿਲਕੁਲ ਭਾਈ ਇੱਕ ਲਾਸਟ ਸਵਾਲ ਵੀ ਤੁਸੀਂ ਜ਼ਿਕਰ ਵੀ ਕੀਤਾ ਸੀ ਕਿ ਮੰਤਰੀ ਸਾਹਿਬ ਨੇ ਸਤਾ ਚਾਉਂਦੇ ਕਿਹਾ ਸੀ ਕਿ ਸਾਡੀ ਸਤਾ ਚ ਧਰਨੇ ਨਹੀਂ ਲੱਗਣੇ ਪਰ ਇੱਥੇ ਜੇ ਜੀਰੇ ਵੇਖੀਏ ਦੂਜਾ ਦਿੱਲੀ ਦਾ ਨਾਂ ਦੇ ਦਿੱਤਾ ਇਹਨੂੰ ਦੂਜਾ ਦਿੱਲੀ ਬਣ ਗਿਆ ਪਹਿਲੀ ਗੱਲ ਇਹ ਆ ਵੀ ਉਹਨਾਂ ਨੂੰ ਇਹੋ ਜਿਹਾ ਨਾ ਸਟੇਟਮੈਂਟ ਦੇਣੀ ਨਹੀਂ ਸੀ ਚਾਹੀਦੀ ਸ਼ੁਰੂ ਚ ਕਿਉਂਕਿ ਸਰਕਾਰ ਕੋਈ ਵੀ ਹੋਵੇ ਕਿੰਨਾ ਵੀ ਤੁਸੀਂ ਚੰਗੇ ਤੋਂ ਚੰਗਾ ਸ਼ਾਸਨ ਦੇ ਦੋ ਨਾ ਧਰਨੇ ਮੁਜ਼ਾਰੇ ਜਾਂ ਵਿਰੋਧ ਜਾਂ ਤੁਹਾਡੇ ਸ਼ਾਸਨ ਦੇ ਵਿੱਚ ਤੁਹਾਡੀਆਂ ਗਲਤੀਆਂ ਇਹ ਸਾਰਾ ਕੁਝ ਕੁਦਰਤ ਦਾ ਨਿਯਮ ਆ ਇਹ ਹੋਣਾ ਹੀ ਹੋਣਾ ਹੁੰਦਾ ਪਹਿਲੀ ਗੱਲ ਆ ਵੀ ਉਹਨਾਂ ਨੂੰ ਇਹ ਸਟੇਟਮੈਂਟ ਉਦੋਂ ਨਹੀਂ ਸੀ ਦੇਣੀ ਚਾਹੀਦੀ ਜੇ ਦੇ ਦਿੱਤੀ ਆ ਨਾ ਉਸ ਸਟੇਟਮੈਂਟ ਦੇ ਉੱਤੇ ਕਿਸੇ ਨਾ ਕਿਸੇ ਤਰੀਕੇ ਨਾਲ ਇਹਨਾਂ ਨੂੰ ਖਰੇ ਉਤਰਨਾ ਚਾਹੀਦਾ ਸੀ ਲੋਕ 70 70 ਸਾਲ ਦੀਆਂ ਬੀਬੀਆਂ ਇੱਥੇ ਵੀਡੀਓ ਦੇ ਵਿੱਚ ਹਾੜੇ ਕੱਢਣ ਦੀਆਂ ਹੱਥ ਜੋੜਨ ਦੀਆਂ 70 ਸਾਲ ਦੀਆਂ ਬੀਬੀਆਂ ਬਜ਼ੁਰਗ ਹੱਥ ਜੋੜਨ ਦੀਆਂ ਵੀ ਸੀਐਮ ਸਾਹਿਬ ਸਾਡੇ ਹਾਲਾਤ ਵੇਖੋ ਇੱਥੇ ਆਣ ਕੇ ਰੋਣ ਆਉਂਦਾ ਬੀਬੀਆਂ ਦੀ ਗੱਲ ਸੁਣ ਕੇ ਜੇ ਉਹਨਾਂ ਦੀ ਆਵਾਜ਼ ਦੇ ਵਿੱਚ ਦਰਦ ਸੁਣ ਕੇ ਤੇ ਕੀ ਗੱਲ ਐ ਐਡੇ ਪੱਥਰ ਦਿਲ ਹੋ ਗਏ ਐ ਸੀਐਮ ਸਾਹਿਬ ਇਹਨਾਂ ਨੂੰ ਮਾਸਾ ਇਹ ਦਰਦ ਲੋਕਾਂ ਦਾ ਨਹੀਂ ਦੇਖਦਾ ਉਹ ਇਹੋ ਉਹ ਲੋਕ ਆ ਜਿਹੜੇ ਲੋਕਾਂ ਦੇ ਕਹਿੰਦੇ ਉਹ ਨਹੀਂ ਇਹਨਾਂ ਨੂੰ ਛੱਡ ਦਿਓ ਯਾਰ ਕਾ ਬਦਲਾ ਲੈ ਕੇ ਆਉਣਾ ਤੇ ਇਹ ਵੇਲੇ ਜਿਹੜੇ ਇਹ ਬਦਲੇ ਦੀ ਭਾਵਨਾ ਜਿਹੜੀ ਇਹਨਾਂ ਦੇ ਦਿਮਾਗ ਦੇ ਵਿੱਚ ਜਿਹੜਾ ਫਤੂਰ ਜਿਹੜਾ ਵਾ ਉਹ ਕਿਤੇ ਨਾ ਕਿਤੇ ਪਤਾ ਨਹੀਂ ਮੇਰੇ ਖਿਆਲ ਨਾਲ ਇਹਨਾਂ ਨੂੰ ਐ ਲੱਗਦਾ ਵੀ ਜਦੋਂ ਅਸੀਂ ਪਰਮਾਨੈਂਟ ਹੋ ਗਏ ਆ ਪਰਮਾਨੈਂਟ ਕੁਛ ਨਹੀਂ ਹੈਗਾ ਕਹਿ ਸਕਦੇ ਆ ਕਿ ਵਹਿਮ ਆ ਜਿਹੜਾ ਉਹ ਲੋਕ ਕੱਢਣਾ ਵੀ ਜਾਣਦੇ ਨੇ ਤੇ ਉਹ ਨਿਕਲ ਜਾਣਾ ਦੇਖੋ ਜੀ ਇੱਥੇ ਕਾਢ ਹੀ ਦਿੱਤਾ ਅੱਜ ਲੋਕਾਂ ਨੇ ਆ ਬੈਰੀਕੇਡਿੰਗ ਕੀਤੀ ਹੈ ਇਹਨਾਂ ਨੇ ਆਹ ਦੇਖੋ ਖੇਤਾਂ 'ਚ ਪਈ ਬੈਰੀਕੇਡਿੰਗ ਅੱਜ ਚੁੱਕ ਚੁੱਕ ਮਾਰੀ ਲੋਕਾਂ ਨੇ ਲੰਬੀ ਬੈਰੀਕੇਡਿੰਗ ਤੁਸੀਂ ਉੱਥੋਂ ਕਵਰੇਜ ਕਰ ਰਹੇ ਸੀ ਚੁੱਕ ਚੁੱਕ ਮਾਰੀ ਆ ਉਹਨਾਂ ਨੇ ਕੋਈ ਤਾਰਾ ਨਹੀਂ ਦੇਖਿਆ ਕੋਈ ਆ ਬੱਸਾਂ ਦਾ ਲਾਮ ਲਸ਼ਕਰ ਜਿਹੜਾ ਗਾੜੀ ਲਾ ਕੇ ਬੈਠੇ ਆ ਇਹ ਲੋਕਾਂ ਦਾ ਸਬਰ ਜਿਹੜਾ ਹੈ ਨਾ ਉਹਨੂੰ ਪਰਖਿਆ ਨਾ ਜਾਵੇ ਮੈਂ ਸਰਕਾਰ ਨੂੰ ਫੇਰ ਕਹਿਣਾ ਚਾਹੁੰਦਾ ਤੁਹਾਡੇ ਮਾਧਿਅਮ ਰਾਹੀਂ ਕਿ ਲੋਕਾਂ ਦੇ ਸਬਰ ਨੂੰ ਪਰਖਿਆ ਨਾ ਜਾਵੇ ਜੀ ਲੋਕ ਜਦੋਂ ਜਿਹੜੇ ਕੰਮ ਤੇ ਸਿੱਧੇ ਹੋ ਜਾਣ ਨਾ ਤੇ ਫੇਰ ਬਾਹਮ ਰੋੜ ਕੇ ਸਰਕਾਰ ਦੀ ਤੇ ਫੇਰ ਆਪਣਾ ਮਨਾਈ ਲੈਂਦੇ ਆ ਆਪਣੀਆਂ ਗੱਲਾਂ। ਇੱਕ ਕਹਾਵਤ ਵੀ ਹੈ ਕਿ ਸਿੱਧੀ ਉਂਗਲ ਨਾਲ ਕਿਉਂ ਨਾ ਨਿਕਲੇ ਦਾ ਟੇਡੀ। ਟੇਡੀ ਕਰਨਾ ਜਾਣਦੇ ਆ। ਲੋਕਾਂ ਨੇ ਟੇਡੀ ਕਰਕੇ ਦਿਖਾਤੀ ਮੈਂ ਤਾਂ ਮੈਂ ਉੱਥੇ ਬੱਸ سے ਚੜਿਆ ਸੀ। ਜੀ। ਮੈਂ ਵੀ ਆਪਣੇ ਫੇਸਬੁੱਕ ਪੇਜ ਦੇਤੇ ਨਾ ਜਿਹੜਾ ਮੇਰਾ ਆਪਣਾ ਨਿੱਜੀ ਫੇਸਬੁੱਕ ਪੇਜ ਆ ਉੱਥੇ ਮੈਂ ਲਾਈਵ ਕਵਰੇਜ ਕਰ ਰਿਹਾ ਸੀ। ਮੈਂ ਲੋਕਾਂ ਨੂੰ ਦਿਖਾ ਰਿਹਾ ਸੀ ਆਪਣੇ ਏਰੀਏ ਦੇ ਲੋਕਾਂ ਨੂੰ। ਉਹ ਯਾਰ ਵੇਖੋ ਇੱਥੇ ਤਾਂ ਲੋਕ ਘਰਾਂ ਚੋਂ ਬਾਹਰ ਨਿਕਲ ਆਏ ਤੁਸੀਂ ਪਤਾ ਨਹੀਂ ਕਦੋਂ ਨਿਕਲਣਾ। ਸੋ ਸੰਜੀਦਾ ਮੈਂ ਫਿਰ ਬੇਨਤੀ ਕਰਦਾ ਮੇਰਾ ਬਾਰ-ਬਾਰ ਇਹ ਉਹ ਸ਼ਬਦ ਜਿਹੜਾ ਉਹ ਉਹ ਸੰਜੀਦਗੀ ਸ਼ਬਦ ਜਿਹੜਾ ਵਾ ਉਹ ਮੈਂ ਤੁਹਾਡੀ ਵੀਡੀਓ ਦੇ ਵਿੱਚ ਵਰਤ ਰਿਹਾ ਬਾਕੀ ਮੀਡੀਆ ਨੇ ਵੀ ਸੰਜੀਦਾ ਹੋ ਜੋ ਭਗਵੰਤ ਮਾਹ ਜੀ ਸੰਜੀਦਾ ਹੋ ਲੋਕਾਂ ਨੇ ਬੜੀਆਂ ਆਸ ਦੇ ਨਾਲ ਵੋਟਾਂ ਪਾਈਆਂ ਸੀ ਤੁਹਾਨੂੰ ਤੁਹਾਨੂੰ ਇਸ ਕਰਕੇ ਵੋਟਾਂ ਨਹੀਂ ਸੀ ਪਾਈਆਂ ਵੀ ਤੁਸੀਂ ਮਤਲਬ ਜਿਹੜਾ ਵਾ ਪੁਰਾਣਿਆਂ ਦੇ ਜਿਹੜੇ ਉਹ ਨਕਸ਼ੇ ਕਦਮ ਤੇ ਚੱਲੀ ਜਾਓ ਥੋੜਾ ਜਿਹਾ ਇਸ ਚੀਜ਼ ਨੂੰ ਸੰਜੀਦਾ ਹੋ ਕਿ ਤੁਹਾਡਾ ਸ਼ਾਸਨ ਜਿਹੜਾ ਵਾ ਉਹ ਪਾਵੇਂ ਕਿ 5 ਸਾਲ ਹੀ ਰਵੇ ਮੈਂ ਨਹੀਂ ਕਹਿੰਦਾ ਵੀ ਤੁਸੀਂ ਵੀ ਪਰਮਾਨੈਂਟ ਹੋ ਪਰ ਲੋਕ ਇਹ ਕਹਿਣ ਕਿ ਕੋਈ ਵੇਲਾ ਸੀ ਉਦੋਂ ਜਦਾਂ ਕਹਿੰਦੇ ਨੇ ਮਹਾਰਾਜਾ ਰਣਜੀਤ ਸਿੰਘ ਦਾ ਵੇਲਾ ਸੀ ਲੋਕ ਕੀ ਕਹਾਂ ਯਾਰ ਉਹਦਾ ਵੇਲਾ ਸੀ ਭਗਵੰਤ ਮਾਨ ਦਾ ਵੇਲਾ ਸੀ ਉਦੋਂ ਕੋਈ ਰੌਲਾ ਨਹੀਂ ਸੀ ਯਾਰ ਤਾਂ ਮੈਨੂੰ ਲੱਗਦਾ ਬਾਈ ਐਵੇਂ ਵੀ ਕਰਨਗੇ ਕਿ ਵੇਲਾ ਸੀ ਭਗਵੰਤ ਮਾਨ ਦਾ ਕੁਝ ਕੀਤਾ ਦੇਖੋ ਜੀ ਉਹ ਤਾਂ ਫਿਰ ਇਤਿਹਾਸ ਆ ਨਾ ਜਦੋਂ ਇਤਿਹਾਸ ਬਣ ਜਾਂਦਾ ਇਹਨਾਂ ਗੱਲਾਂ ਤੋਂ ਹੀ ਤਾਂ ਇਤਿਹਾਸ ਬਣਦਾ ਵਾ ਇਤਿਹਾਸ ਕਿੱਥੋਂ ਬਣਦਾ ਤੁਹਾਡੇ ਕਰਮਾਂ ਤੋਂ ਇਤਿਹਾਸ ਬਣਨਾ ਤੁਹਾਡੇ ਕੰਮਾਂ ਤੋਂ ਇਤਿਹਾਸ ਬਣਨਾ ਜੀ ਜੇ ਅੱਜ ਤੁਸੀਂ ਲੋਕ ਦੋ ਚੀਜ਼ਾਂ ਨੂੰ ਯਾਦ ਕਰਦੇ ਨੇ ਲੋਕ ਜਿਹੜੇ ਜਿਹੜੇ ਵਿਚਾਰਲੇ ਜਿਹੇ ਲੋਕ ਹੁੰਦੇ ਨੇ ਨਾ ਜਿਹੜੇ ਮੇਰੇ ਵਰਗੇ ਘਰੋਂ ਗੋਹ ਆਲਾਦ ਲਿਆ ਗੱਡੇ ਦੇ ਉੱਤੇ ਤੇ ਚਲ ਗਏ ਖੇਤੀ ਖੇਤ ਨੂੰ ਪੱਠੇ ਵੜ ਲਿਆਂਦੇ ਲਿਆਣ ਕੇ ਤੇ ਮੋੜ ਤੇ ਆਣ ਕੇ ਖੜ ਕੇ ਗੱਲਾਂ ਕਰ ਲੀਆਂ ਤੁਸੀਂ ਮਾੜੇ ਅਮਨਦੀਪ ਮਾੜਾ ਅਮਨਦੀਪ ਵਿਖ ਗਿਆ ਰੋਮਨ ਵਿਖ ਗਿਆ ਰਣਦੀਪ ਵਿਖ ਗਿਆ ਬੱਬੂ ਵਿਖ ਗਿਆ ਹੈ ਨਾ ਇਦਾਂ ਦੇ ਉਹਨਾਂ ਬੰਦਿਆਂ ਦੀ ਉਹਨਾਂ ਬੰਦਿਆਂ ਨੂੰ ਇਤਿਹਾਸ ਦੇ ਵਿੱਚ ਸ਼ਾਮਲ ਨਹੀਂ ਕੀਤਾ ਜਾਂਦਾ ਇਹ ਨਿਯਮ ਆ ਇਤਿਹਾਸ ਬਣਦਾ ਉਹਨਾਂ ਲੋਕਾਂ ਦਾ ਜਿਹੜੇ ਚੰਗੇ ਕੰਮ ਕਰਨਗੇ ਜਾਂ ਜਾਂ ਮਾੜੇ ਕੰਮ ਕਰਨਗੇ ਦੋਨਾਂ ਬੰਦਿਆਂ ਦਾ ਇਤਿਹਾਸ ਬਣਦਾ ਜ਼ਬਰ ਕਰਨ ਵਾਲੇ ਦਾ ਵੀ ਇਤਿਹਾਸ ਬਣਦਾ ਤੇ ਜ਼ਬਰ ਨੂੰ ਰੋਕਣ ਵਾਲੇ ਦਾ ਵੀ ਇਤਿਹਾਸ ਬਣਦਾ ਸੋ ਇਤਿਹਾਸ ਦੇ ਵਿੱਚ ਜਿਹੜਾ ਵਾ ਉਹ ਮੈਂ ਨਹੀਂ ਚਾਹੁੰਦਾ ਵੀ ਸੀਐਮ ਸਾਹਿਬ ਤੁਹਾਡਾ ਜਿਹੜਾ ਅੱਖਰ ਜਿਹੜੇ ਉਹ ਕਾਲੇ ਹੋਣ ਅਸੀਂ ਕਹਿੰਨੇ ਆ ਵੀ ਤੁਸੀਂ ਸੁਨਹਿਰੀ ਅੱਖਰਾਂ ਚ ਆਪਣਾ ਇਤਿਹਾਸ ਲਿਖਵਾਓ ਜੀ ਪਰ ਆਹ ਠਾਂ ਕੁ ਮਹੀਨਿਆਂ ਚ ਜੋਰ ਆਸਲੀ ਲੀਲਾ ਇੱਥੇ ਚੱਲਣ ਦੀ ਆ ਮੈਨੂੰ ਨਹੀਂ ਲੱਗਦਾ ਵੀ ਇਹਨਾਂ ਦੇ ਜਿਹੜੇ ਬਾਕੀ ਜਿਹੜੇ 4 ਸਾਰ ਰਹਿ ਗਏ ਆ ਉਹਦੇ ਚ ਕੋਈ ਚੱਜ ਦਾ ਕੰਮ ਕਰਨਗੇ ਕਿਉਂਕਿ ਉਮੀਦ ਕੀਤੀ ਜਾ ਸਕਦੀ ਹੈ ਪਰ ਵਕਤ ਦੱਸੇਗਾ ਬਈ ਮਾਫ ਕਰਨਾ ਮੈਂ ਥੋੜਾ ਸਮਾਂ ਹੋਰ ਤੁਸੀਂ ਗੱਲ ਕੀਤੀ ਵਿਕਣ ਦੀ ਕਿ ਲੋਕਾਂ ਨੇ ਕਿਹਾ ਨਾ ਮਨਦੀਪ ਵਿਗ ਗਿਆ ਹੈ ਗਿਆ ਮਨਦੀਪ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਸੀ ਹਾਂਜੀ ਕੀਤੀ ਅੱਛਾ ਬੰਦੇ ਆਏ ਹੀ ਸਾਡੇ ਏਰੀਏ ਦੇ ਜਿਹੜੇ ਹੁੰਦੇ ਨਾ ਚੌਧਰੀ ਉਹ ਆਏ ਸੀ ਦੋ ਚਾਰ ਜਣੇ ਟੋਟਲ ਆਏ ਉਹ ਆਣ ਕੇ ਕਹਿੰਦੇ ਸੀ ਵੀ ਮਨਦੀਪ ਸਿਆ ਤੂੰ ਚਾਹੁੰਦਾ ਕੀ ਆ ਤੇ ਮੈਂ ਕਿਹਾ ਜੀ ਦੋ ਹੀ ਗੱਲਾਂ ਸਾਫ਼ ਹਵਾ ਸਾਫ਼ ਪਾਣੀ ਰਸਤੇ ਦਾ ਇਸ਼ੂ ਤੇ ਹੈ ਹੀ ਨਹੀਂ ਸੋਦੋ ਰਸਤੇ ਦਾ ਤਾਂ ਬਾਅਦ ਚ ਰਣਦੀਪ ਨੇ ਕਿਹਾ ਵੀ ਯਾਰ ਮਨਦੀਪ ਭਾਜੀ ਜੇ ਆਪਾਂ ਹਵਾ ਦੀ ਜੰਗ ਜਿੱਤ ਗਏ ਆ ਤੇ ਸਾਡਾ ਰਸਤਾ ਜਿਹੜਾ ਵਾ ਉਹ ਲੋਕਾਂ ਦੀ ਜਾਨ ਬੜੀ ਔਖੀ ਆ ਰਸਤੇ ਦੀ ਵੀ ਜੰਗ ਲੜੀਏ ਕਿਸ ਤਰੀਕੇ ਨਾਲ ਇਹ ਵੀ ਸ਼ਾਇਦ ਸਮਾਂ ਲੱਗੇ ਆਪਾਂ ਜਿੱਤ ਜਾਾਂਗੇ ਉਦੋਂ ਦੋ ਹੀ ਸੀ ਤੇ ਮੈਂ ਜਦੋਂ ਮੈਨੂੰ ਉਹਨਾਂ ਨੇ ਕਿਹਾ ਵੀ ਤੂੰ ਚਾਹਨਾ ਕੀ ਆ ਮੈਂ ਕਿਹਾ ਵੀ ਚਾਹੁੰਦਾ ਇਹੋ ਜੀ ਮੈਂ ਸਾਫ਼ ਹਵਾ ਤੇ ਸਾਫ਼ ਪਾਣੀ ਤੇ ਕਹਿੰਦੇ ਹੋਰ ਕੁਝ ਤੇ ਮੈਨਾਂ ਨੇ ਕਿਹਾ ਵੀ ਹੋਰ ਕੁਝ ਮੇਰੇ ਕੋਲੇ ਇੰਨਾ ਕਿਹਾ ਵੀ ਪ੍ਰਮਾਤਮਾ ਮੈਨੂੰ ਵਰਤਣ ਦਾ ਇਹ ਸਮਾਂ ਦੇ ਦੇ। ਹੂੰ। ਹੋਰ ਕੋਈ ਦਾ ਮਤਲਬ ਤੁਸੀਂ ਸਮਝਦੇ ਹੋ ਪੱਤਰਕਾਰ ਹੋ ਤੁਸੀਂ। ਬਿਲਕੁਲ ਜੀ ਬਿਲਕੁਲ। ਹੂੰ। ਸੋ ਖਰੀਦਣ ਦੀ ਕੋਸ਼ਿਸ਼ ਕੀਤੀ ਗਈ। ਪਰਚੇ ਕਰਕੇ ਡਰਾਉਣ ਦੀ ਕੋਸ਼ਿਸ਼ ਕੀਤੀ ਗਈ ਸਾਡੇ ਤਕਰੀਬਨ 15 ਜਾਣੇ ਦੇ ਪਰਚੇ ਕੀਤੇ ਗਏ। ਪਰਚੇ ਕਰਕੇ ਉਸ ਤੋਂ ਬਾਅਦਾਂ ਸਾਨੂੰ ਕੁੱਟ ਕੇ ਕੁੱਟਣ ਦੀ ਕੋਸ਼ਿਸ਼ ਕੀਤੀ ਵੀ ਕੁੱਟ ਕੇ ਇਹਨਾਂ ਨੂੰ ਡਰਾ ਲੀਏ। ਰਾਣਾ ਗਰਜੀਤ ਦੇ ਗੁੰਡਿਆਂ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ ਦੋ ਤਿੰਨ ਵਾਰੀ ਸਾਡੇ ਤੇ ਹਮਲਾ ਆ ਜੇ ਫਿਰ ਨਹੀਂ ਡਰੇ ਫਿਰ ਜੇਲ੍ਹ ਚ ਸੁੱਟ ਦਿੱਤਾ ਗਿਆ ਵੀ ਇਹ ਸ਼ਾਇਦ ਡਰ ਜਾਣ 40 ਦਿਨ ਲਾ ਕੇ ਆਏ ਫਿਰ ਜੇਲ੍ਹ ਦੇ ਵਿੱਚ ਗਰਦਾਸਪੁਰ ਤੇ ਅੰਮ੍ਰਿਤਸਰ ਦੀ ਜੇਲ੍ਹ ਦੇ ਵਿੱਚ 40 ਦਿਨ ਲਾ ਕੇ ਆਏ ਆਪਣੇ এনਵਾਇਰਨਮੈਂਟ ਲਈ ਠੀਕ ਆ ਜੇ ਫਿਰ ਉਹਨਾਂ ਦੇ ਵੱਲੋਂ ਮਤਲਬ ਕਿ ਡਰਾਉਣ ਦੀ ਕੋਸ਼ਿਸ਼ ਕੀਤੀ ਕਿ ਕਿਸੇ ਵੀ ਤਰੀਕੇ ਨਾਲ ਇਹਨਾਂ ਦੀ ਮੂਵਮੈਂਟ ਨੂੰ ਦਬ ਦਿੱਤਾ ਜਾਵੇ ਕੱਲਾ ਪੈਸੇ ਦੀ ਨਹੀਂ ਹਰ ਪਾਸਿਓਂ ਉਹਨਾਂ ਦੇ ਵੱਲੋਂ ਰਾਣਾ ਗੁਰਜੀਤ ਤੇ ਉਹਦੀ ਜਿਹੜੀ ਮੈਨੇਜਮੈਂਟ ਹੈ ਉਹਦੇ ਵੱਲੋਂ ਕੋਸ਼ਿਸ਼ ਕੀਤੀ ਗਈ ਵੀ ਇਹਨਾਂ ਨੂੰ ਦੱਬ ਦਈਏ ਕਿਸੇ ਵੀ ਤਰੀਕੇ ਦੇ ਨਾਲ ਇਹ ਰੌਲਾ ਨਾ ਪਾਉਣ ਕਿਉਂਕਿ ਕਿਤੇ ਨਾ ਕਿਤੇ ਦੇਖੋ ਹਰ ਬੰਦੇ ਦਾ ਇੱਕ ਸਮਾਜਿਕ ਅਕਸ ਆ ਉਹਦਾ ਇੱਕ ਸਿਆਸੀ ਅਕਸ ਆ ਬੜਾ ਤਗੜਾ ਅਕਸ ਆ ਬੜੇ ਵੱਡੇ ਪੋਲੀਟੀਕਲ ਨੇ ਚੰਗੇ ਚੰਗੇ ਨਹੀਂ ਕਿਹਾ ਜਾ ਸਕਦਾ ਮਤਲਬ ਇੱਕ ਵੱਡਾ ਸਿਆਸਤਦਾਨ ਆ ਕਿਉਂਕਿ ਚੰਗੇ ਸ਼ਬਦ ਤਾਂ ਵਰਤਿਆ ਜਾ ਸਕਦਾ ਜੇਕਰ ਉਹਨੇ ਆਪਣੇ ਕਾਰਜਕਾਲ ਦੇ ਦੌਰਾਨ ਖੱਡਾਂ ਵਾਲੀ ਕਰਤੂਤ ਨਾ ਕੀਤੀ ਹੁੰਦੀ ਤੇ ਮੈਂ ਚੰਗਾ ਸ਼ਬਦ ਵੀ ਵਰਤ ਲੈਂਦਾ ਉਹਨੇ ਖੱਡਾਂ ਤੋਂ ਕਾਫੀ ਰੌਲਾ ਰਿਆ ਤੁਹਾਨੂੰ ਮੀਡੀਆ ਦੇ ਉੱਤੇ ਕਾਫੀ ਰੌਲਾ ਰਿਆ ਦੱਸਣ ਦੀ ਲੋੜ ਨਹੀਂ ਲੋਕਾਂ ਨੂੰ ਵੀ ਪਤਾ ਹੀ ਆ ਸੋ ਆਪਣੇ ਇੱਕ ਵੱਡਾ ਸਿਆਸਤਦਾਨ ਆ ਉਹਦਾ ਕਿਤੇ ਨਾ ਕਿਤੇ ਅਕਸ ਵੀ ਖਰਾਬ ਹੁੰਦਾ ਸੀ ਤੇ ਉਹਨੇ ਕੋਸ਼ਿਸ਼ ਤਾਂ ਪੂਰੀ ਕੀਤੀ ਪਰ ਭਾਈ ਨਹੀਂ ਟਕਰੇ ਨਹੀਂ ਹਟੇ ਆਪਾਂ ਉਦੋਂ ਵੀ ਰੌਲਾ ਪਾਉਂਦੇ ਰਹਾ ਉਹਦੀਆਂ ਵੀਡੀਓ ਬਣਾਉਣੀਆਂ ਵਾਇਰਲ ਕਰ ਦੇਣੀਆਂ ਵੀਡੀਓ ਬਣਾਉਣੀਆਂ ਵਾਇਰਲ ਕਰ ਦੇਣੀਆਂ ਕਿਉਂਕਿ ਮੀਡੀਆ ਮੂਡੀਆ ਆ ਤੁਸੀਂ ਦੋ ਚਾਰ ਚੈਨਲਿਆਂ ਨੂੰ ਕਵਰ ਕਰਦੇ ਰਹੇ ਜੇ ਬਾਕੀ ਤਾਂ ਕੋਈ ਲੱਭਦਾ ਹੀ ਨਹੀਂ ਮਨਿੰਦਰ ਆਉਂਦਾ ਹੁੰਦਾ ਸੀ ਤੁਹਾਡੇ ਜਿਹੜਾ ਤੁਹਾਡਾ ਕਲੀਗ ਆ ਮਨਿੰਦਰ ਮੈਨੂੰ ਕਵਰ ਕਰਦਾ ਰਿਹਾ ਖੈਰ ਜੋ ਵੀ ਆ ਉਹਨੇ ਆਪਣੀ ਕੋਸ਼ਿਸ਼ ਕੀਤੀ ਸੱਤ ਜਿੱਤਾਂ ਹੋ ਗਈਆਂ ਤਿੰਨ ਬਕਾਇਆ ਜਿੱਤ ਅਹੀਂ ਉਹ ਵੀ ਜਾਣੀ ਆ 40 ਦਿਨ ਰਹਿ ਕੇ ਆ ਤਿੰਨ ਚਾਰ ਦਿਨ ਰਹਿ ਕੇ ਆ ਜੇਲ੍ਹ ਦੇ ਵਿੱਚ ਇਨੇ ਵੀ ਕੁੱਟ ਖਾਧੀ ਆ ਨਾਲ ਹੀ ਮੇਰੇ ਭਾਈ ਮਾਫ ਕਰਨਾ ਭਾਈ ਡਰਨੇ ਲੱਗਿਆ ਕਿ ਯਾਰ ਕਿੱਧਰ ਫਸ ਗਿਆ ਕਿਉਂ ਇਹਦਾ ਸਾਥ ਦਿੰਦੇ ਆ ਫਸ ਫਸਾ ਕੇ ਰੱਖਦਾ ਨਹੀਂ ਵੀ ਇਹ ਤੁਹਾਨੂੰ ਸੱਚ ਬੋਲਣਾ ਨਾ ਸੱਚ ਇੱਕੋ ਜੀ ਚੀਜ਼ ਦਾ ਕਿ ਉਹ ਨਾਂ ਤੇ ਦੱਬਦਾ ਨਾ ਝੁਕਦਾ ਜੀ ਤੇ ਨਾ ਡਰਦਾ ਜੀ ਕਿਉਂਕਿ ਮੈਂ ਦੋ ਲਣਾ ਤੁਹਾਨੂੰ ਦੱਸਾਂਗਾ ਸੱਚ ਬਰਾਬਰ ਤਪ ਨਹੀਂ ਝੂਠ ਬਰਾਬਰ ਪਾਪ ਜਾਂ ਕਿ ਹਿਰਦੇ ਸੱਚ ਹੈ ਤਾਂ ਕਿ ਹਿਰਦੇ ਆਪ ਕਿਉਂਕਿ ਜਿੱਦਨੇ ਸੰਘਰਸ਼ੇ ਤੁਰੇ ਨਾ ਉਸ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦਾ ਓਟ ਆਸਰਾ ਲੈ ਕੇ ਤੇ ਫਿਰ ਤੁਰੇ ਹੀ ਕਿਸ ਬੰਦੇ ਦੀ ਆਸ ਨਹੀਂ ਰੱਖੀ ਹਮ ਇਹ ਮਤਲਬ ਹੈ ਕੋਈ ਕੋਈ ਬੰਦਾ ਨਹੀਂ ਮਿਲਿਆ ਜੀ ਦੇਖੋ ਜੀ ਆਇਆ ਤੇ ਵੈਸੇ ਓਦਾਂ ਇਹ ਪਾਗਲਾ ਵਾਲਾ ਇਹ ਕੰਮ ਹੈ ਵੀ ਵੱਡੇ ਤਗੜੇ ਬੰਦੇ ਦੇ ਨਾਲ ਮੱਥਾ ਲਾ ਲੈਣਾ ਕੋਈ ਬੰਦੇ ਜਿਹੜੇ ਜਿਹੜੇ ਸਾਡੇ ਸਾਡੇ ਏਰੀਆ ਦੇ ਚੌਧਰੀ ਆ ਜਿਹੜੇ ਚਿਹਰੇ ਮਤਲਬ ਵੀ ਤੁਸੀਂ ਇਹ ਗੱਲ ਚੌਧਰੀਆਂ ਦਾ ਮਤਲਬ ਸਮਝਦੇ ਹੋ ਦਰਸ਼ਕ ਵੀ ਤੁਹਾਡੇ ਚੰਗੀ ਤਰ੍ਹਾਂ ਸਮਝਦੇ ਹੋਣੇ ਜਿਹੜੇ ਸਾਡੇ ਚੌਧਰੀ ਹੈ ਉਹ ਉਥੇ ਪਰਚੀਆਂ ਵਾਲੀ ਜਿਹੜਾ ਵਾ ਉਹਨਾਂ ਨੂੰ ਪਰਚੀਆਂ ਦੇ ਦੇ ਕੇ ਉਹਨਾਂ ਦੇ ਮੂੰਹ ਬੰਦ ਕੀਤੇ ਜਾਂਦੇ ਸੀ ਉਹਨਾਂ ਨੂੰ ਚੰਗੇ ਉਹਨਾਂ ਦਾ ਚਾਹ ਨਾ ਮਠੀ ਖਵਾਈ ਜਾਂਦੀ ਮੇਲੇ ਚ ਬਿਠਾ ਲ ਕੇ ਤੇ ਇਹ ਕਿਹਾ ਜਾਂਦਾ ਹੈ ਵੀ ਸਰਪੰਚ ਸਾਹਿਬ ਮੇਲਾ ਤਾਂ ਤੁਹਾਡੀ ਆਪਣੀ ਆ ਉਹ ਬਸ ਇੰਨੀਆਂ ਚੀਜ਼ਾਂ ਨ ਖਰੀਦੇ ਜਾਂਦੇ ਇਹ ਜੇ ਉਹ ਸਾਡੇ 74 ਲੋਕ ਜਿਨੇ ਜਿਨ੍ਹਾਂ ਲੋਕਾਂ ਨੇ ਸੱਤਾ ਦੇ ਨਿੱਘ ਮਾਣੇ ਸਾਡੇ ਏਰੀਏ ਦੇ ਵਿੱਚ ਉਹ ਲੋਕ ਜਿਨ੍ਹਾਂ ਨੂੰ ਲੋਕ ਕਹਿੰਦੇ ਵੀ ਇਹਨਾਂ ਤੋਂ ਬਗਾਰ ਏਰੀਏ ਚ ਪਤਾ ਨਹੀਂ ਹਿੱਲਦਾ ਤੇ ਉਹਨਾਂ ਦੇ ਸ਼ਾਸਨ ਦੇ ਵਿੱਚ ਉਹ ਸਵਾਹ ਵੀ ਖਲਾਰੀ ਜਾਂਦਾ ਸੀ ਉਹ ਪਾਣੀ ਵੀ ਗੰਦਾ ਕਰੀ ਜਾਂਦਾ ਸੀ ਉਹ ਸਾਰੇ ਕਾਲੇ ਕੰਮ ਕਰਦਾ ਸੀ ਠੀਕਾ ਤੇ ਜੇ ਉਹ ਚਾਤਰਾਂ ਦੇ ਇੰਨੇ ਚੁਣੇ ਹੋਏ ਨੁਮਾਇਦਿਆਂ ਦੇ ਕੀਤੀਆਂ ਕੁਛ ਨਹੀਂ ਹੋਣਾ ਤੇ ਫਿਰ ਸਾਨੂੰ ਤਾਂ ਸਿਰਫ ਰਹੀ ਹੋਣਾ ਹੀ ਪੈਣਾ ਹੈ ਹਾਂ ਉਹੀਂ ਫਿਰ ਸੋਚਿਆ ਆ ਵੀ ਟੱਕਰ ਜੋ ਹੈ ਨਿਸ਼ਦਾਈ ਬਣ ਕੇ ਟੱਕਰ ਜੋ ਟਕਰੇ ਆ ਜਿੰਨਾ ਚਿਰ ਸਾਡੀ ਜਿੱਤ ਨਹੀਂ ਹੁੰਦੀ ਸੱਤ ਜਿੱਤਾਂ ਜਿੱਤ ਲਈਆਂ ਤਿੰਨ ਬਕਾਇਆ ਜਿੰਨਾ ਚਿਰ ਤਿੰਨ ਪੂਰੀਆਂ ਨਹੀਂ ਹੁੰਦੀਆਂ ਉਹਨਾਂ ਚ ਰਸੀ ਨਹੀਂ ਹਟਣਾ ਬਾਕੀ ਸਾਡੀ ਨਿਜੀ ਲੜਾਈ ਇਹਦੇ ਨਾਲ ਕੋਈ ਨਹੀਂ ਸਾਡੀ ਲੜਾਈ ਇਹੋ ਆਪ ਸਾਨੂੰ ਸਾਫ਼ ਹਵਾ ਚਾਹੀਦੀ ਸਾਨੂੰ ਸਾਫ਼ ਪਾਣੀ ਚਾਹੀਦਾ ਸਾਡੇ ਰਾਹ ਸਾਫ਼ ਚਾਹੀਦੇ ਆ ਉਹ ਆਪਣੀ ਫੈਕਟਰੀ ਚਲਾ ਪਰ ਸਾਡੇ ਜੀਣ ਦਾ ਅਧਿਕਾਰ ਆ ਜਿਹੜਾ ਸਾਫ਼ ਹਵਾ ਸਾਫ਼ ਪਾਣੀ ਆ ਉਹਦੇ ਤੇ ਡਾਕਾ ਨਾ ਮਾਰ ਜੀ ਬਈ ਬਹੁਤ ਬਹੁਤ ਧੰਨਵਾਦ ਤੁਹਾਡਾ ਸਮਾਂ ਦਿੱਤਾ ਤੇ ਮੈਂ ਇੱਕ ਸਵਾਲ ਹੋਰ ਲਾਵਾਂਗਾ ਕਿ ਕੋਈ ਸ਼ਖਸ ਹੁੰਦਾ ਕਿ ਜਿਹੜਾ ਹੌਸਲਾ ਦਿੰਦਾ ਯਾਰ ਤੂੰ ਆਹ ਕੰਮ ਕਰ ਮਨਦੀਪ ਨੂੰ ਕਹਿਣ ਵਾਲਾ ਕੌਣ ਸਿਮਨਦੀਪ ਲੈ ਪੰਗਾ ਯਾਰ ਅਸੀਂ ਤੇਰੇ ਨਾਲ ਆ ਉਹ ਅਕਸਰ ਚ ਅਕਸਰ ਇਹ ਗੱਲਾਂ ਹੁੰਦੀਆਂ ਵੈਸੇ ਉਦਾਂ ਵੀ ਦੇਖੋ ਮੇਰਾ ਪਿੰਡ ਅਤਰਦੇਓ ਆ। ਹੂੰ। ਸ਼ੀਤਪਾਈ ਸੰਤੋਖ ਸਿੰਘ ਜਿਹੜੇ ਗਦਰ ਪਾਰਟੀ ਦੇ ਜਨਰਲ ਸਕੱਤਰ ਸੀ ਉਹਨਾਂ ਦੇ ਉਹਨਾਂ ਦਾ ਜੱਦੀ ਪਿੰਡ ਆ। ਜੀ। ਮੈਨੂੰ ਬਾਕੀ ਸਾਰੀਆਂ ਾਲਾਮਤਾਂ ਤੋਂ ਸਮੱਸਿਆ ਹੈਗੀ ਸੀ ਜਿਹੜੀ ਉਹਨੀਆਂ ਮਤਲਬ ਕਿ ਸਵਾਹ ਤੋਂ, ਪਾਣੀ ਤੋਂ, ਹਰ ਚੀਜ਼ ਤੋਂ ਸਮੱਸਿਆ ਹੈਗੀ। ਹੂੰ। ਪਰ ਬੁੱਟਰਪਿੰਡ ਦੀ ਸਮੱਸਿਆ ਸਭ ਤੋਂ ਵੱਡੀ ਏ ਸੀ ਨਾਲ ਉਹਨਾਂ ਦੀ ਰਾਹ ਦੀ ਸਮੱਸਿਆ। ਹੂੰ। ਪਰ ਸਹੀ ਮੈਨੇ ਦੇ ਵਿੱਚ ਉਧਰੋਂ ਲੋਕ ਨਾ ਸਾਥ ਨਹੀਂ ਸੀ ਦਿੰਦੇ। ਮੇਰੇ ਸਭ ਤੋਂ ਵੱਧ ਤੇ ਸਭ ਤੋਂ ਪਹਿਲਾਂ ਸਾਥ ਮਿਲਿਆ ਜਿਹੜਾ ਵਾ ਉਹ ਮਿਲਿਆ ਸੀ ਇਹਦੇ ਵੱਲੋਂ ਰਣਦੀਪ ਵੱਲੋਂ ਇਹ ਉਦੋਂ ਵੀ ਮੇਰੇ ਨਾਲ ਸਟੈਂਡ ਕਰਦਾ ਸੀ ਤੇ ਅੱਜ ਵੀ ਮੇਰੇ ਨਾਲ ਆ ਤੇ ਜੇਲ ਵੀ ਇਹਨੇ ਕੱਟ ਕੇ ਆ ਸਾਡੇ ਸੰਘਰਸ਼ ਦੇ ਵਿੱਚ ਇਹ ਵੀ ਤਿੰਨ ਦਿਨ ਅੰਦਰ ਲਾ ਕੇ ਆ ਕਿਉਂਕਿ ਅਸੀਂ ਦੋਵੇਂ ਅੰਦਰ ਇਹਨੂੰ ਵੀ ਬਾਅਦ ਚ ਅੰਦਰ ਜਾਣਾ ਪਿਆ ਪਹਿਲੇ ਪਰਚੇ ਦੇ ਵਿੱਚ ਖੈਰ ਇਹਦੀ ਵੀ ਰਣਦੀਪ ਦਾ ਵੀ ਬੜਾ ਤਕੜਾ ਯੋਗਦਾਨ ਰਿਹਾ ਕਿਉਂਕਿ ਦੇਖੋ ਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਉਹਦੀ ਕਟੂਕਟ ਟੀਮ ਹੋਏ ਇਹ ਟੀਮ ਵਰਕ ਆ ਜੋ ਮੈਨੇਜ ਕਰ ਗਏ ਆ ਜੋ ਕਿਉਂਕਿ ਮੈਨੇਜਮੈਂਟ ਤੋਂ ਬਿਗੈਰ ਜਾਂ ਟੀਮ ਤੋਂ ਬਿਗੈਰ ਕੋਈ ਕੰਮ ਸੰਭਵ ਨਹੀਂ ਹੈਗਾ ਤੁਹਾਡਾ ਇਹ ਅਦਾਰਾ ਚੱਲ ਰਿਹਾ ਇੱਕ ਟੀਮ ਦੀ ਮੈਨੇਜਮੈਂਟ ਦਾ ਕਰਕੇ ਚੱਲ ਰਿਹਾ ਟੀਮ ਦੇ ਅਦਾਰੇ ਤੇ ਟੀਮ ਦੇ ਨਾਲ ਅਦਾਰਾ ਵਾ ਤੇ ਜੇ ਗ੍ਰਾਮੀਣ ਵਾਤਾਵਰਣ ਬਚਾਓ ਕਮੇਟੀ ਆ ਤੇ ਕਿਤੇ ਨਾ ਕਿਤੇ ਰਣਦੀਪ ਆ ਰਣਦੀਪ ਤੋਂ ਬਾਅਦ ਆ ਜਿਹੜਾ ਸਾਰੇ ਜਿੰਨੇ ਵੀ ਟੀਮ ਮੈਂਬਰ ਆ ਸਾਡੇ ਉਹ ਖੈਰ ਜਿੰਨਾ ਰਣਦੀਪ ਨੇ ਮੇਰੇ ਨਾਲ ਅੱਜ ਤੱਕ ਸਾਥ ਦਿੱਤਾ ਜਾਂ ਬੱਬੂ ਨੇ ਜਾਂ ਸਾਰੀ ਟੀਮ ਨੇ ਦਿੱਤਾ ਜੇ ਇਹ ਨਾ ਹੁੰਦੇ ਤੇ ਸ਼ਾਇਦ ਅੱਜ ਵੀ ਸਾਡੀ ਹਵਾ ਪਲਿਊਟ ਹੁੰਦੀ ਅੱਜ ਵੀ ਸਾਡੇ ਏਰੀਆ ਚ ਸਵਾਦ ਆ ਨਹੀਂ ਪੈਂਦਾ ਹੁੰਦਾ ਤੇ ਅੱਜ ਵੀ ਸਾਡਾ ਪਾਣੀ ਖਰਾਬ ਹੁੰਦਾ ਅੱਜ ਸਾਰਾ ਕੁਝ ਉਹ ਹੁੰਦਾ ਜੇ ਸੱਤ ਜਿੱਤਾਂ ਜਿੱਤੀਆਂ ਨਾ ਤੇ ਉਹਨਾਂ ਚੋਂ ਇੱਕ ਵੀ ਜਿੱਤੀ ਨਹੀਂ ਸੀ ਜਸ ਅਸਦੀ ਚੇਕਰ ਇਹ ਸਾਥ ਨਾ ਦਿੰਦੇ ਰੰਦੀਪ ਭਾਈ ਮੈਂ ਤੁਹਾਡੇ ਵਾਲਾ ਲਵਾਂਗਾ ਇੱਕ ਦੋ ਸਵਾਲ ਹੀ ਲਵਾਂਗਾ ਬਾਲਾ ਸਮਾਂ ਨਹੀਂ ਲੈਂਦਾ ਭਾਈ ਸੱਤ ਜਿੱਤਾਂ ਜਿੱਤੜੀਆਂ ਕਦੇ ਕੋਈ ਨਰਾਸ਼ਗੀ ਨਹੀਂ ਆਈ ਵੀ ਯਾਰ ਕਿੱਧਰ ਤੁਰ ਪਏ ਆ ਡਰ ਕਿਉਂਕਿ ਪਰਚੇ ਵੀ ਹੋਏ ਕੁੱਟਮਾਰ ਵੀ ਹੋਏ ਬੜਾ ਕੁਝ ਤਸ਼ੱਦਦ ਦਾ ਸ਼ਿਕਾਰ ਹੋਏ ਆ ਕਦੇ ਮਨ ਚ ਆਇਆ ਐ ਪਾਜੀ ਜਿਸ ਦਿਨ ਇਹ ਮੂਮੈਂਟ ਸ਼ੁਰੂ ਹੁੰਦੀ ਆ ਨਾ ਤੇ ਉਹਦੇ ਵਿੱਚ ਜਦੋਂ ਫਸਟ ਕਾਲ ਜਾਂਦੀ ਆ ਮੇਰੀ ਜਾਂਦੀ ਮਨਦੀਪ ਨੂੰ ਮਨਦੀਪ ਭਾਈ ਨੂੰ ਪਾਜੀ ਆ ਗੱਲ ਹੋ ਗਈ ਆ ਅੱਡੇ ਤੇ ਉਹ ਸਾਡੇ ਨਾਲ ਇੱਕ ਬਲਵਿੰਦਰ ਸਿੰਘ ਗਿਆ ਉਹਨੂੰ ਬਲਵਿੰਦਰ ਪਾਪਾ ਹੀ ਪਿਆਰ ਨਾਲ ਕਹਿੰਨੇ ਜਿਹਨੇ ਸ਼ੁਰੂ ਕੀਤੀ ਸੀ ਮੂਵਮੈਂਟ ਉੱਥੇ ਕਿ ਕਪੌੜੀ ਲਾਤੀ ਸੀ ਸੜਕ ਦੇ ਵਿੱਚ ਤੇ ਘੋੜੀ ਕਿ ਮੈਂ ਨਹੀਂ ਟਰਾਲੀ ਨੰਗਣ ਦੇਣੀ ਜਿੰਨਾ ਚਿਰ ਸਵਾਹ ਨਹੀਂ ਹਟਦੀ ਚਲੋ ਪਾਜੀ ਨੇ ਨਾ ਮੈਂ ਕਾਲ ਕੀਤੀ ਤੇ ਪਾਜੀ ਨਹੀਂ ਆਉਂਦੇ ਕਿ ਮੈਂ ਕੋਈ ਉੱਥੇ ਨਾ ਤਿਆਰ ਨਹੀਂ ਵੀਡੀਓ ਬਣਾਉਣ ਨੂੰ ਮੈਂ ਚੱਲ ਯਾਰ ਆਜੋ ਵੀਡੀਓ ਬਣਾ ਲਈਏ ਆਪਾਂ ਤੇ ਦੇ ਦਾਂਗੇ ਜਾਂ ਆਪਣੇ ਫੇਸਬੁਕ ਚੈਨਲ ਤੇ ਪਾ ਦਾਂਗੇ ਕੋਈ ਵੀ ਨਹੀਂ ਕੋਈ ਜਾਂਦਾ ਮੈਂ ਇੱਧਰ ਚੱਲਿਆ ਕੋਈ ਜਾਂਦਾ ਇੱਧਰ ਚੱਲਿਆ ਕਿ ਮੈਨੂੰ ਕੋਈ ਨਿੱਜੀ ਕੰਮ ਆ ਮੈਂ ਚੱਲਣਾ ਮੈਂ ਮਨਦੀਪ ਭਾਈ ਨੂੰ ਫੋਨ ਕੀਤਾ ਇਹ ਚੰਦ ਸੈਕਿੰਡਾਂ ਚ ਉਥੇ ਪਹੁੰਚਦੇ ਆ ਪਹੁੰਚਣ ਤੋਂ ਬਾਅਦ ਚਲੋ ਅਸੀਂ ਵੀਡੀਓ ਕਵਰੇਜ ਕਰਦੇ ਆ ਉਦੋਂ ਹੀ ਉਥੇ ਇੱਕ ਜਿਹੜਾ ਚੌਂਕੀ ਇਨਚਾਰਜ ਹੀ ਉਹ ਸਾਨੂੰ ਕਹਿੰਦਾ ਕਿ ਆਜੋ ਮਿਲ ਚ ਟੇਬਲ ਟਾਕ ਕਰਦੇ ਆ ਟੇਬਲ ਤੇ ਬੈਠਨੇ ਉਥੇ ਆਪਾਂ ਗੱਲ ਕਰਦੇ ਆ ਅਸੀਂ ਆਖਿਆ ਕਿ ਜੋ ਗੱਲ ਹੋਊਗੀ ਇੱਥੇ ਹੋਊਗੀ ਜੋ ਵੀ ਗੱਲ ਹੋਊਗੀ ਉਹ ਇੱਥੇ ਹੋਊਗੀ ਇੱਥੇ ਇਹ ਨਹੀਂ ਹੋਊਗਾ ਕਿ ਭਾਈ ਆਪਾਂ ਉੱਥੇ ਬਹਿ ਜੀ ਉੱਥੇ ਬਹਿ ਜੀਏ ਚਲੋ ਭਾਜੀ ਅੱਜ 2 ਸਾਲ ਹੋ ਗਏ ਡਰਨ ਦੀ ਗੱਲ ਇਹ ਆ ਕਿ ਜਿਸ ਦਿਨ ਸਾਡੇ ਤੇ ਅਸੀਂ ਤਾਂ ਰਾਤ ਸਵੇਰੇ ਕੋਈ ਆਪਣਾ ਕਵਰ ਕਰਕੇ ਤੇ ਰਾਤ ਨੂੰ ਘਰੇ ਸੁੱਤੇ ਨਹੀਂ ਤੇ ਸਵੇਰੇ ਵੱਡੀਆਂ ਤਰ੍ਹਾਂ ਵਾਂਦੇ ਨਾਲ ਸਾਡੇ ਤੇ ਪਰਚੀ ਹੋ ਜਾਂਦੇ ਤੇ ਫੋਟੋ ਫੜਾਈ ਸ਼ੁਰੂ ਹੋ ਜਾਂਦੀ ਕੱਲ ਨੂੰ 1 ਸਾਲ ਪੂਰਾ ਹੋ ਜਾਂਦਾ ਜਿਸ ਦਿਨ 21 ਅਕਤੂਬਰ 2021 ਨੂੰ ਸਾਡੇ ਤੇ ਮੇਰੇ ਇਥੇ ਤੇ ਮੰਦੀਪਰ ਦੇ ਉਤੇ ਹਮਲਾ ਹੁੰਦਾ ਇੱਕ ਮੋਟਰ ਆ ਜਿੱਥੇ ਤਿੰਨ ਰੰਗਾਂ ਦਾ ਪਾਣੀ ਨਿਕਲਦਾ ਉੱਥੇ ਅਸੀਂ ਜਾਣੇ ਉੱਥੇ ਰਾਣੇ ਗੁਰਜੀਤ ਦੇ ਗੁੰਡੇ ਜਿਹੜੇ ਉੱਥੇ ਸਾਡੇ ਤੇ ਹਮਲਾ ਕਰਦੇ ਤੇ ਮੰਦੀਪ ਦੀ ਮਾਰਕੁੱਟ ਕਰਦੇ ਮੈਂ ਉੱਥੇ ਚਲੋ ਸਾਨੂੰ ਇਹੋ ਹੀ ਹੁੰਦਾ ਕਿ ਜੇ ਭਾਜੀ ਆਪਣੇ ਨਾਲ ਕੋਈ ਜਦੋਂ ਲੋਕ ਨਹੀਂ ਸਾਥ ਦੇ ਰਹੇ ਤੁਸੀਂ ਆਪਾਂ ਜਿਹੋ ਜੇ ਕੰਮ ਕਰਨੇ ਆ ਤੇ ਜਿਹੜੇ ਇਹ ਇਹਨਾਂ ਨੇ ਗੁੰਡੇ ਰੱਖੇ ਇਹਨਾਂ ਨੇ ਤੇ ਆਪਣਾ ਨੁਕਸਾਨ ਕਰਨਾ ਤੁਸੀਂ ਜਿੱਦਾਂ ਵੀ ਤੁਹਾਡਾ ਬਚਾਅ ਹੁੰਦਾ ਕਰੋ ਚਲੋ ਮੈਨੂੰ ਹੁਣ ਪਤਾ ਨਹੀਂ ਕਿ ਮਨਦੀਪ ਭਾਜੀ ਹੁਣੀ ਉੱਥੇ ਉਹਨਾਂ ਨੇ ਕੀਰ ਲਏ ਆ ਚਲੋ ਉਤੋਂ ਬਾਅਦ ਵਿੱਚ ਇਹਨਾਂ ਨੂੰ ਜਦੋਂ ਉਥੇ ਪੁਲਿਸ ਅਹੀਂ ਉਥੇ ਆ ਕੇ ਸਾਡੇ ਪਿੰਡ ਦੇ ਜਿਹੜੇ ਸਾਡੇ ਨਾਲ ਲੋਕ 100 200 ਜਣਾ ਸਾਡੇ ਬੁੱਟਰਾਂ ਦਾ ਲਾ ਕੇ ਨਿੱਜੀ ਹੈਗੇ ਵੀ ਆ ਜਿਹੜੇ ਸਾਡੇ ਨਾਲ ਸਾਡੇ ਮੋਢੇ ਨਾਲ ਮੋਢਾ ਲਾ ਕੇ ਚੱਲਦੇ ਉਹਨਾਂ ਧਰਨਾ ਲਾਤਾ ਚਲੋ ਮਨਦੀਪ ਭਾਈ ਜੀ ਨੂੰ ਹਸਪੀਟਲ ਖੜਦੇ ਆ ਲਿਆਉਂਦੇ ਆ ਲਿਆਉਣ ਤੋਂ ਬਾਅਦ ਜਦੋਂ ਉਥੇ ਧਰਨਾ ਰਾਤ ਨੂੰ ਸਾਡੇ ਤੇ ਇਹ ਪਰਚਾ ਕਰ ਦਿੰਦੇ 26 ਤੱਕ 26 ਦੀਆਂ ਧਰਾਵਾਂ ਲਾ ਕੇ ਤਾਂ ਹੋਰ ਵੀ ਸਹਗੀਨ ਧਾਰਾਂ ਲਾ ਕੇ ਤੇ ਸਵੇਰੇ ਸਾਨੂੰ ਕੀ ਕਰਦੇ ਆ ਕਿ ਇਹਨਾਂ ਨੂੰ ਦੋਵਾਂ ਨੂੰ ਅਰੈਸਟ ਕਰ ਲੈਂਦੇ ਆ ਤੇ ਮੇਰੀ ਅਰੈਸਟ ਨਹੀਂ ਪੈਂਦੀ ਜਦੋਂ ਉੱਥੇ ਜਾ ਕੇ ਇਹ ਮਨਦੀਪ ਭੱਜੀ ਨੂੰ ਤੇ ਇਹਨਾਂ ਨੂੰ ਟਾਰਚਰ ਕਰਦੀ ਆ ਪੁਲਿਸ ਉਹਦੇ ਵਿੱਚ ਕਿਹਾ ਜਾਂਦਾ ਇਹਨਾਂ ਨੂੰ ਕਿ ਤੁਹਾਨੂੰ ਸਾਰਾ ਪੋੜੇ ਦੀ ਜੜਾ ਰਾਣਾ ਵਾ ਮੇਰੇ ਵੱਲੋਂ ਹਰਨਦੀਪ ਰਾਣਾ ਇਹ ਪੋੜੇ ਰਾਣੇ ਨਾਲ ਪੰਗਾ ਹਾਂ ਰਾਣੇ ਦਾ ਰਾਣੇ ਨਾਲ ਪੰਗਾ ਹਰਨਦੀਪ ਰਾਣਾ ਪੋੜੇ ਦੀ ਜੜਾ ਜੇ ਤੁਹਾਨੂੰ ਖਰਾਬ ਕਰਨ ੜਿਆ ਤੁਹਾਨੂੰ ਅੱਜ ਕੁੱਟ ਪੈਣ ਦੀ ਹੈ ਉਹ ਰਾਣੇ ਦੇ ਕਰਕੇ ਪੈਣ ਦੀ ਤੁਹਾਨੂੰ ਤੀਲੇ ਦਿੰਦਾ ਆ ਭੱਜ ਜਾਂਦਾ ਹੂੰ ਅੱਛਾ ਜੀ ਆਪ ਭੱਜ ਜਾਂਦਾ ਤੁਹਾਨੂੰ ਖਰਾਬ ਕਰਨ ੜਿਆ ਤੁਹਾਡੇ ਨਿੱਜੀ ਕੰਮ ਤੂੰ ਦਰਜੀ ਦਾ ਕੰਮ ਕਰਨ ੜਿਆ ਆਪਣਾ ਰੋਟੀ ਖਾ ਤੂੰ ਆਪਣਾ ਖੁੰਬ ਫਾਰਮ ਕਰਨ ੜਿਆ ਚਲਾਉਣ ੜਿਆ ਤੂੰ ਚਲਾ ਤੂੰ ਕਿਹੜੇ ਕੰਮਾਂ ਚ ਗੁਰੂ ਆ ਪੈ ਗਿਆ ਹੂੰ ਅੰਟੈਰੋਗੇਟ ਜਦੋਂ ਇਹਨਾਂ ਨੂੰ ਕੀਤਾ ਗਿਆ ਉਹਦੇ ਵਿੱਚ ਜਦੋਂ ਰਾਣੇ ਗਰਜੀਤ ਨੇ ਵੀ ਕਿਸੇ ਬੰਦੇ ਨਾਲ ਗੱਲ ਕੀਤੀ ਉਹਨੂੰ ਹੰਦੇ ਕਿ ਜੇ ਮਨਦੀਪ ਦਾ ਇਹ ਰਣਦੀਪ ਰਾਣਾ ਸਾਥ ਨਾ ਦਿੰਦਾ ਤੇ ਅੱਜ ਮੂਵਮੈਂਟ ਨਹੀਂ ਖੜੀ ਹੁੰਦੀ ਸਾਡੀ ਗਾੜੀ ਨਹੀਂ ਹੋਣੀ ਜੀ ਹੋਣੀ ਵੀ ਨਹੀਂ ਸੀ ਦੇਖੋ ਇਹ ਬੁੱਟਰ ਦਾ ਮਾਤਰਦਿਆਂ ਦਾ ਰੜੇ ਅਸੀਂ ਰੜ ਕੇ ਹਾਲੀਵੁੱਡੀ ਚਲੋ ਪੱਬੂ ਬਾਕੀ ਸਾਰੀਆਂ ਟੀਮ ਨੇ ਸਾਡਾ ਸਾਥ ਦਿੱਤਾ ਤੇ ਫਿਰ ਜਾ ਕੇ ਮੂਵਮੈਂਟ ਬਣੀ ਆ ਇਕੱਲੇ ਕੋ ਵੈਸੇ ਵੀ ਨਹੀਂ ਬ੍ਰਦਰ ਨਹੀਂ ਲੜਿਆ ਜਦੋਂ ਉਹਨਾਂ ਇਹ ਗੱਲ ਕੀਤੀ ਚਲੋ ਉਤੋਂ ਬਾਅਦ ਵਿੱਚ ਅੱਜ ਤੱਕ ਅਸੀਂ ਹੁਣ ਸਾਡੇ ਪਿੰਡ ਦੇ ਵਿੱਚ ਕੁਝ ਲੋਕ ਪਤਾ ਕੀ ਕਹਿੰਦੇ ਆ ਕਿ ਤੁਸੀਂ ਇੱਕ ਦੂਜੇ ਪਿਛਲੇ ਜਨਮ ਜਿਹੜੇ ਭਰਾ ਰਹੇ ਜਿਹ ਵਿਛੜੇ ਜੇ ਉਹ ਆਰ ਕੇ ਇਕੱਠੇ ਹੋ ਗਏ ਹੈਨਾ ਸ਼ਾਮ ਨੂੰ ਮੈਨੂੰ ਜਦੋਂ ਮੂਮੈਂਟ ਇਕੱਠੀ ਹੁੰਦੀ ਲੱਗਲੇ ਹੋਰ ਵੀ ਪਿੰਡ ਪਾਜੀ ਪੀੜਤ ਸੀ ਪੀੜਤ ਸੀ ਸਵਾਹ ਤੋਂ ਪਾਣੀ ਖਰਾਬ ਤੋਂ ਰਸਤਿਆਂ ਦੇ ਲੋਕ 2-250 ਇਕੱਠਾ ਆਿੰਦਾ ਤਾਂ ਮੈਨੂੰ ਇਹਦੀ ਸ਼ਾਮ ਨੂੰ ਕਾਲ ਆਉਂਦੀ ਇਹ ਬੱਬੂ ਉੱਥੇ ਨਹੀਂ ਹੈ ਮੈਨੂੰ ਆਂਦਾ ਕਿੱਥਿਆਂ ਹੋਏ ਕਿਉਂ ਮੇਰਾ ਇਹਦੇ ਨਾਲ ਕੋਈ 5-7 ਸਾਲ ਦਾ ਉੱਥੇ ਮੇਰੇ ਨਾਲ ਹੀ ਇਹਦੀ ਦੁਕਾਨ ਹੀ ਮੇਰੇ ਨਾਲ ਇਹਦਾ ਪ੍ਰੇਮ ਪਿਆਰ ਹੀ ਇਹਨੇ ਮੈਨੂੰ ਆਖਿਆ ਕਿੱਥਿਆਂ ਹੋਏ ਮੈਂ ਹਮ ਐਡੇ ਤੇ ਆਂ ਆਂਦਾ ਏ ਕੀ ਕਰਨ ਡਿਆ ਮੈਂ ਧਰਨਾ ਲਗਾ ਮੈਂ ਤੇ ਕਿਤੇ ਗਿਆ ਤੂੰ ਮੈਨੂੰ ਫੋਨ ਨਹੀਂ ਕੀਤਾ ਮੈਂ ਹਾਂ ਆ ਜਾ ਇੱਥੇ ਹੀ ਆ ਸਭ ਕੋ ਚਲੋ ਇਹ ਵੀ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਿਆ ਮੈਂ ਨਹੀਂ ਕਿ ਜੇ ਦੋ ਕੇ ਗੱਲਾਂ ਹੋਰ ਕਰੂੰਗਾ ਤੁਸੀਂ ਵੀਰੇ ਇਹ ਗੱਲ ਕੀਤੀ ਮੇਰੇ ਵੱਡੇ ਭਰਾ ਦੇ ਨਾਲ ਕਿ ਤੁਸੀਂ ਇਹ ਮੈਨੂੰ ਦੱਸੋ ਕਿ ਸਰਕਾਰ ਕਹਿੰਦੀ ਹੈ ਮੈਂ ਧਰਨੇ ਨਹੀਂ ਲਗਣ ਦੇਣੇ ਤੇ ਧਰਨੇ ਤੇ 8 ਮਹੀਨਿਆਂ ਚ ਕਈ ਲੱਗੇ ਕਿ ਆ ਵੀ ਜਦੋਂ ਅੱਜ ਜੀਰੇ ਬੋ ਰਹੇ ਆ ਇਹ ਇਹ 8 ਮਹੀਨਿਆਂ ਦੇ ਵਿੱਚ ਦਿੱਲੀ ਵਰਗਾ ਧਰਨਾ ਮਾਹੌਲ ਬਣ ਗਿਆ ਭਾਜੀ ਗੱਲ ਕਰ ਲਈਏ ਆਪ ਸਰਕਾਰ ਦੀ ਗੱਲ ਕਰ ਲਈਏ ਆਪਾਂ ਇਹਨਾਂ ਦੀ ਆਪਣੇ ਮੰਤਰੀ ਦੀ ਅਸੀਂ ਡਟ ਕੇ ਸਾਥ ਦਿੱਤਾ ਹੂੰ ਬਿਲਕੁਲ ਸਾਡੇ ਭਰਾ ਨੇ ਡਟ ਕੇ ਸਾਥ ਦਿੱਤਾ ਇਹਨਾਂ ਨਾਲ ਐਸ ਵਾਰ ਦੀ ਨਾ ਲਾ ਲਈਏ ਕਿ ਐਸੇ ਵਾਰ ਦੀ ਉਹਨਾਂ ਕੋ ਇਹਨਾਂ ਨੇ ਸਪੋਰਟ ਕੀਤੀ ਇਹਨਾਂ ਦੇ ਪਿਛਲੇ 10 15 ਸਾਲਾਂ ਦੇ ਬਲਤੇਜ ਸਿੰਘ ਇੱਕ ਸਾਡੇ ਉਥੋਂ ਖੜੇ ਸੀ ਉਦੋਂ ਦਾ ਪਾਰਟੀ ਦੇ ਵਰਕਰ ਆ ਇਹ ਜਜਾਰੂ ਵਰਕਰ ਹੂੰ ਤੇ ਭਾਜੀ ਅੱਜ ਅਸੀਂ ਪਤਾ ਹੀ ਨਹੀਂ ਕਿੰਨੀ ਕ ਵਾਰਾ ਉਹਨਾਂ ਨੂੰ ਅਪੀਲ ਕਰ ਚੁੱਕੇ ਹਾਂ ਕਿ ਸਾਡ ਨੂੰ ਧਰਨੇ ਲਾਉਣ ਦੀ ਨੌਬਤ ਨਾ ਆਵੇ ਸਾਡੇ ਮਸਲੇ ਹੱਲ ਕਰੋ ਸਾਨੂੰ ਉਥੇ ਵੋਟਰ ਅੱਡੇ ਤੇ ਨੋ ਐਂਟਰੀ ਦਿਵਾਓ ਡਰੇਨ ਦੀ ਦਿਵਾਓ ਸਾਡਾ ਰਾਣਾ ਗੁਰਜੀ ਤਾਂ ਆਪਣੀ ਫੈਕਟਰੀ ਚਲਾਵੇ ਸਾਨੂੰ ਕੋਈ ਸਾਡਾ ਉਹਦੇ ਨਾਲ ਨਿੱਜੀ ਤਾਂ ਕੋਈ ਹੈ ਨਹੀਂ ਆਪਣੀ ਕੰਧ ਕਰੇ ਸਾਡੇ ਲੋਕਾਂ ਨੂੰ ਪਰੇਸ਼ਾਨ ਨਾ ਕਰੇ ਸਵਾਹ ਨਾ ਆਵੇ ਪਾਣੀ ਨਾ ਪਲੀਤ ਕਰੇ ਤੁਸੀਂ ਲੋਕ ਭਾਜੀ ਸਾਨੂੰ ਤਾਂ ਮਜਬੂਰ ਕੀਤਾ ਜਾ ਰਿਹਾ ਜੇ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਤਰਨਾ ਲੱਗੂਗਾ ਨਾ ਤੇ ਉਹਦਾ ਕਿਤੇ ਨਾ ਕਿਤੇ ਤੁਹਾਨੂੰ ਤੁਸੀਂ ਵੀ ਹਿਸਾਬ ਲਾ ਲੋ ਕਿ ਜੁਮੇ ਆਰੇ ਬੰਦੇ ਜਿਹੜੇ ਹੋਣਗੇ ਬਾਕੀ ਇੱਕ ਰਾਣੀ ਗੁਰਜੀਤ ਦੀ ਮੈਂ ਛੋਟੀ ਜੀ ਗੱਲ ਕਰਨੀ ਚਾਹੁੰਨਾ ਮੈਂ ਰਾਣੀ ਗੁਰਜੀਤ ਨੂੰ ਕੋਈ ਗੁੰਡਾ ਕੋਈ ਵੀ ਮਤਲਬ ਇਹ ਨਹੀਂ ਕਹਿੰਦਾ ਕਿ ਇਹ ਜੀ بڑا ਇਹ ਗੁੰਡਾ ਵਾਂ ਜਾਏ ਇਦਾਂ ਹੁੰਦਾ ਮੈਂ ਨਹੀਂ ਇਹ ਗੱਲ ਕਰੂੰਗਾ ਮੈਂ ਇੱਕ ਗੱਲ ਸੋਚਣਾ ਰਾਣੀ ਗੁਰਜੀਤ ਦੀ ਉਹ ਪਤਾ ਕੀ ਆ ਉਹਦੀ ਇਹ ਆ ਕਿ ਉਹ ਬੰਦਾ ਜਿਹੜਾ ਵਾ ਜਿਹੜੇ ਸਾਡੇ ਏਰੀਏ ਦੇ ਜਿਹੜੇ ਮੋਹਤਬਰ ਬੰਦੇ ਆ ਨਾ ਜਿਹੜੀਆਂ ਕੁਝ ਕਮੇਟੀਆਂ ਲਾ ਲਓ ਜਾਂ ਜਿੱਥੇ ਪਤਾ ਕਿ ਇਹ ਜੇ ਕੱਲ ਨੂੰ ਐਕਸ਼ਨ ਲੈਣਗੀਆਂ ਤੇ ਮੇਰਾ ਨੁਕਸਾਨ ਹੁੰਦਾ ਉਹ ਉਹਨਾਂ ਨੂੰ ਸਾਥ ਲੈਂਦਾ ਉਹਨਾਂ ਦੇ ਨਾਲ ਪ੍ਰੇਮ ਪਿਆਰ ਵਧਾਉਂਦਾ ਕਿ ਉਹ ਜਿਹੜੇ ਲੋਕ ਆ ਉਹ ਮੁੜ ਕੇ ਸਾਡਾ ਸਾਥ ਨਹੀਂ ਦਿੰਦੇ ਤੇ ਸਾਨੂੰ ਅੱਜ ਸੰਘਰਸ਼ ਕਰਦਿਆਂ ਨੂੰ 2 ਸਾਲ ਹੋ ਗਏ ਆ ਜਿੱਤਾਂ ਸਾਤਾ ਆਪਾਂ ਜਿੱਤ ਚੁੱਕੇ ਆਪਣੇ ਬਲਬੂਤੇ ਜਿਹੜੀਆਂ ਦੂਜੀਆਂ ਵੀ ਤਿੰਨ ਜਿੱਤਾਂ ਰਹਿ ਗਈਆਂ ਆਪਾਂ ਜਿੱਤ ਜਾਣੀਆਂ ਤੇ ਮੈਂ ਤੇ ਇਹ ਕਹੂੰਗਾ ਕਿ ਜਿਹੜੀ ਸਰਕਾਰ ਆ ਉਹ ਆਪਣੀ ਕਿਤੇ ਨਾ ਕਿਤੇ ਮੋਰਲ ਡਿਊਟੀ ਸਮਝੇ ਤੇ ਸਾਡੇ ਲੋਕਾਂ ਨੂੰ ਇਨਸਾਫ ਦੇਵੇ ਤਰਨਿਆਂ ਦੀ ਨੌਬਤ ਨਾ ਆਵੇ ਜੀ ਹਾਂਜੀ ਸ਼ੁਕਰੀਆ ਭਾਈ ਮਨਦੀਪ ਬਹੁਤ ਬਹੁਤ ਧੰਨਵਾਦ ਤੁਹਾਡਾ ਅਸੀਂ ਸਮਾਂ ਦਿੱਤਾ ਤੇ ਇਸੇ ਤਰ੍ਹਾਂ ਸੇ ਲੋਕਾਂ ਦੀ ਆਵਾਜ਼ ਲੋਕਾਂ ਦੀ ਆਵਾਜ਼ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਤੁਸੀਂ ਸਾਡੀ ਆਵਾਜ਼ ਨੂੰ ਜਰੂਰ ਸ਼ੇਅਰ ਕਰਨਾ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਮੈਂ ਪਰਮਜੀਤ ਸਿੰਘ ਕੈਮਰਾਮੈਨ ਲਾਪ੍ਰੀਤ ਦੇ ਨਾਲ